ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸੀ ਜੇ ਸਿੱਧੂ ਸ਼ੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਥਰਸਡੇ ਅਸੀਂ ਥੋੜੇ ਰੂਬਰੂ ਹੋਈਦੀ ਹੈ ਥੋੜੀ ਗੱਲਬਾਤ ਕਰਾਈਦੀ ਹੈ ਮੋਸਟਲੀ ਪੋਲਿਟਿਸ਼ੀਅਨ ਨਾਲ ਕਮਿਊਨਿਟੀ ਐਕਟਿਵਿਸਟ ਨਾਲ ਡਾਕਟਰਸ ਨਾਲ ਸੋ ਜਿਹੜੇ ਡਿਫਰੈਂਟ ਡਿਫਰੈਂਟ ਮੁੱਦੇ ਕਮਿਊਨਿਟੀ ਚੱਲ ਰਹੇ ਉਹਦੇ ਬਾਰੇ ਗੱਲਬਾਤ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਹੁਣ ਦੁਨੀਆ ਦੇ ਵਿੱਚ ਲੋਕਲੀ ਦਾ ਤੁਹਾਨੂੰ ਪਤਾ ਹੀ ਹੈ ਇਨਫਲੇਸ਼ਨ ਅਫੋਰਡੇਬਿਲਟੀ ਇਸ਼ੂ ਜਿਹੜਾ ਚੱਲ ਰਿਹਾ ਹੈ ਉਸ ਦਾ ਲੋਕਾਂ ਦੇ ਕਾਫੀ ਬੋਝ ਪਿਆ ਹੈ ਸਪੈਸ਼ਲੀ ਜਿਹੜੇ ਆਪਣੇ ਫਿਕਸਡ ਇਨਕਮ ਤੇ ਹੈਗੇ ਜਿਹੜੇ ਸੀਨੀਅਰਸ ਐ ਰਿਟਾਇਰੀਜ਼ ਜਿਹੜੇ ਹੈਗੇ ਆ ਐਂਡ ਪ੍ਰਾਈਸਾਂ ਕਾਫੀ ਵਧ ਗਈਆਂ ਆ ਯਾ ਬੜ ਅਫੋਰਡੇਬਿਲਟੀ ਜਿਹੜੀ ਹੈਗੀ ਆ ਬੜੀ ਮੁਸ਼ਕਲ ਹੋਈ ਆ ਖਾਸ ਕਰਕੇ ਜਿਹੜੇ ਫਿਕਸਡ ਇਨਕਮ ਤੇ ਹੈਗੇ ਆ ਯਾ ਰਿਟਾਇਰੀਜ਼ ਹੈਗੇ ਆ ਸੋ ਇਹ ਬੜਾ ਹੀ ਅਜੀਬ ਜਿਹਾ ਇੱਕ ਇਸ਼ੂ ਬਣਿਆ ਆ ਨਾਟ ਓਨਲੀ ਇਨ ਬ੍ਰਿਟਿਸ਼ ਕੋਲੰਬੀਆ ਬਟ ਇਨ ਕੈਨੇਡਾ ਐਂਡ ਅਵਰਲਡ ਵਾਈਡ ਐਂਡ ਸੋ ਇਸ ਦੇ ਬਾਰੇ ਵੀ ਗੱਲਬਾਤ ਹੋਊਗੀ ਇਹ ਕੀ ਚੱਲ ਰਿਹਾ ਸਟੂਡੈਂਟਸ ਬੜੀਆਂ ਡਿਫਿਕਲਟੀਜ਼ ਫੇਸ ਕਰ ਰਹੇ ਆ ਅਫੋਰਡੇਬਿਲਟੀ ਦਾ ਹੈਗੀ ਹੈਗੀ ਆ ਬੇਸਮੈਂਟਾਂ ਦੇ ਰੇਟ ਵਧੇ ਆ ਬਾਕੀ ਜਿਹੜੇ ਗਵਰਨਮੈਂਟ ਨੇ ਹੁਣ ਜਿਹੜਾ ਨੰਬਰ ਕੱਡਾਉਨ ਕਰਨ ਕਰਕੇ ਫੈਡਰਲੀ ਜਿਹੜੇ ਸਿਟੀਜ਼ਨਸ ਹੈਗੇ ਆ ਤੇ ਨਿਊ ਇਮੀਗ੍ਰੈਂਟਸ ਦੇ ਉਹਨਾਂ ਨੇ ਨੰਬਰ ਜਿਹੜੇ ਕੈਪ ਕਰਤੇ ਆ 6.5% ਤੋਂ 5% ਤੇ ਉਹਨਾਂ ਨੇ ਉਹ ਨੰਬਰ ਲਿਆਂਦਾ ਆ ਤੇ ਇਹ ਜਿਹੜੀ ਕੈਪ ਆ 3 ਸਾਲ ਲਈ ਲਾਈ ਆ ਉਸ ਤੇ ਅਲਾਵਾ ਜਿਹੜੇ ਫੋਰਨ ਆਪਣੇ ਸਟੂਡੈਂਟਸ ਵੀ ਹੈ ਉਹਨਾਂ ਤੇ ਵੀ ਬ੍ਰਿਟਿਸ਼ ਕੋਲੰਬੀਆ ਚ ਵੀ ਤੇ ਕੈਨੇਡਾ ਤੇ ਵੀ ਕੈਪ ਲਾਈ ਹੈ ਹਾਲਾਂਕਿ ਲੋਕਾਂ ਨੇ ਜਿਹੜੇ 올 ਟਾਈਮਰਸ ਹੈ ਉਹਨਾਂ ਦਾ ਕਾਫੀ ਇਸ ਬਾਰੇ ਰੌਲਾ ਪਿਆ ਸੀ ਕਿ ਟੂ ਮੈਨੀ ਪੀਪਲ ਆ ਗਏ ਪਰ ਇੱਕ ਗੱਲ ਉਹਨਾਂ ਦਾ ਜਿਹੜਾ ਗੁੱਸਾ ਉਹ ਠੀਕ ਵੀ ਸੀਗਾ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈ ਦੇ ਆਰ ਨਾਟ ਇਨਾਫ ਹਾਊਸਿੰਗ ਨਾਟ ਇਨਾਫ ਰੋਡਸ ਹਸਪੀਟਲ ਜਿਹੜੇ ਬੈਕਡ ਅਪ ਹੋਏ ਹੈ ਸੋ ਇਸ ਕਰਕੇ ਗਵਰਨਮੈਂਟਸ ਤੇ ਕਾਫੀ ਪ੍ਰੈਸ਼ਰ ਸੀਗਾ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਨਨ ਇਹ ਜਿਹੜੇ ਡਿਸੀਜਨ ਬਣਾਏ ਆ ਉਸ ਤੋਂ ਇਲਾਵਾ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਜ਼ਰਾਈਲ ਤੇ ਹਮਾਸ ਦਾ ਜਿਹੜਾ ਵਾਰ ਹੈ ਉਹ ਚੱਲ ਰਿਹਾ ਹੈਗਾ ਐ ਐਂਡ ਅਮਰੀਕਾ ਨੇ ਹੁਣੇ ਫੋਰਨ ਮਿਨਿਸਟਰ ਮਿਸਟਰ ਬਲਿੰਕਨ ਉਥੇ ਬੈਠੇ ਹੈਗੇ ਆ ਦੋਹਾ ਦੇ ਵਿੱਚ ਤੇ ਉਥੇ ਉਹਨਾਂ ਨੇ ਯੂਨ ਰੈਜ਼ੋਲੂਸ਼ਨ ਜਿਹੜਾ ਹੈਗਾ ਉਹ ਪੇਸ਼ ਕੀਤਾ ਹੈ ਕਿ ਗਾਜ਼ਾ ਦੇ ਵਿੱਚ ਇਮੀਡੀਏਟ ਸੀਜ਼ ਫਾਇਰ ਹੋਣਾ ਚਾਹੀਦਾ ਹੈ ਤੇ ਹੋਸਟੇਜ ਜਿਹੜੀ ਡੀਲ ਉਹਦਾ ਡਰਾਫਟ ਰੈਜ਼ੋਲੂਸ਼ਨ ਉਹ ਪੇਸ਼ ਕੀਤਾ ਗਿਆ ਹੈ। ਇਹ ਬੜੀ ਦੁਖ ਖੜੀ ਗੱਲ ਹੈ ਕਿ 31000 ਦੇ ਕਰੀਬ ਜਿਹੜੇ ਪੈਲਸਟਿਨੀਅਨ ਦੀ ਹੁਣ ਤੱਕ ਇਸ ਕਨਫਲਿਕਟ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ 74000 ਜਿਹੜੇ ਇੰਜਰਡ ਹੋ ਚੁੱਕੇ ਆ। ਹਮਾਸ ਨੇ ਜਦੋਂ ਅਟੈਕ ਕੀਤਾ ਸੀ ਅਕਤੂਬਰ 7 ਨੂੰ ਉਦੋਂ ਇਜ਼ਰਾਈਲ ਦੇ ਵਿੱਚ 1100 ਦੇ ਕਰੀਬ ਮੌਤਾਂ ਹੋਈਆਂ ਸੀਗੀਆਂ। ਤੇ 1000 ਵਲ ਨਾ 1000 ਸੌਰੀ ਡਜ਼ਨਸ ਪੀਪਲ ਉਹਨਾਂ ਨੇ ਹੋਸਟेज ਜਿਹੜੇ ਆ ਉਹ ਕੈਪਟਿਵ ਹਮਾਸ ਨੇ ਲਏ ਸੀ ਉਹ ਹਲੇ ਵੀ ਨਹੀਂ ਛੱਡੇ ਉਹਨਾਂ ਨੇ ਥੋੜੇ ਛੱਡੇ ਸੀਗੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਕਿ ਰਸ਼ੀਆ ਤੇ ਯੂਕਰੇਨ ਦਾ ਵਾਰ ਜਿਹੜਾ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਰਸ਼ੀਆ ਐਕਚੁਅਲੀ ਰੀਸੈਂਟਲੀ ਐਂਡ ਵਾਈਲ ਵੀ ਵਰ ਟਾਕਿੰਗ ਉਹਨਾਂ ਨੇ ਉਹਨਾਂ ਦੀ ਜਿਹੜੀ ਯੂਕਰੇਨ ਦੀ ਕੈਪੀਟਲ ਆ ਉਸ ਤੇ ਉਹਨਾਂ ਨੇ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਹੜਾ ਪੁਟਿਨ ਹੈ ਉਹਦੇ ਲਈ ਇਹ ਲਾਈਫ ਐਂਡ ਡੈਥ ਦਾ ਮਾਮਲਾ ਆ ਹਾਲਾਂਕਿ ਹੁਣੇ ਹੀ ਉੱਥੋਂ ਦਾ ਜਿਹੜਾ ਇਲੈਕਸ਼ਨ ਹੋ ਕੇ اٹਿਆ ਆ ਐਂਡ ਪੁੱਟ ਇਨ ਅਗੇਨ ਵਨ ਇਨ ਅ ਲੈਂਡਸਲਾਈਡ ਪਰ ਜਿਹੜੀ ਵੈਸਟਰਨ ਵਰਲਡ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਇਲੈਕਸ਼ਨ ਹੈ ਇਹ ਅਨ ਡੈਮੋਕਰੈਟਿਕ ਤੇ ਅਨਫੇਅਰ ਇਲੈਕਸ਼ਨ ਹੋਇਆ ਆ ਪਰ ਦੂਜੇ ਪਾਸੇ ਜਿਹੜੇ ਚਾਈਨਾ ਵਾਲੇ ਸ਼ੀ ਜਿੰਗ ਪਿੰਗ ਤੇ ਪ੍ਰਾਈਮ ਮਿਨਿਸਟਰ ਮੋਦੀ ਆਫ ਇੰਡੀਆ ਉਹਨਾਂ ਨੇ ਉਹਨਾਂ ਨੂੰ ਪੁਤਿਨ ਨੂੰ ਵਧਾਈ ਵੀ ਦਿੱਤੀ ਹੈ ਸੋ ਇਹ ਬੜਾ ਹੀ ਹੋਰ ਕਿਸਮ ਦਾ ਜਿਹੜਾ ਵਰਲਡ ਵਾਈਡ ਜਿਹੜੀ ਅਲਾਈਐਂਸਸ ਹੈ ਉਹ ਸ਼ੁਰੂ ਹੋ ਰਹੀਆਂ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਇਲੈਕਸ਼ਨ ਜਿਹੜੇ ਹੈਗੇ ਆ ਫੈਡਰਲ ਇਲੈਕਸ਼ਨ ਉਹ ਡਿਕਲੇਅਰ ਹੋਏ ਆ ਅਪ੍ਰੈਲ 19 ਨੂੰ ਸ਼ੁਰੂ ਹੋ ਕੇ ਉਹ ਜੂਨ 1 ਨੂੰ ਇਲੈਕਸ਼ਨ ਹੋਣੇ ਆ ਤੁਹਾਨੂੰ ਪਤਾ ਕਿੰਨੀ ਵੱਡੀ ਕੰਟਰੀ ਹੈ ਵਾਸਟ ਕੰਟਰੀ ਸੋ 19 ਅਪ੍ਰੈਲ ਤੋਂ ਇਲੈਕਸ਼ਨ ਫੈਡਰਲ ਦੇ ਜਿਹੜੇ ਹੈਗੇ ਆ ਉਹ ਜੂਨ ਪਹਿਲੀ 2024 ਫਿਨਿਸ਼ ਹੋਣੇ ਆ ਤੇ 543 ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈਗੇ ਆ ਲੋਕ ਆਪਾਂ ਉਹਨੂੰ ਕਹੇ ਸੀ ਲੋਕ ਸਭਾ ਮੈਂਬਰਸ ਜਿਹੜੇ ਚੁਣ ਹੋਣੇ ਆ ਬਾਕੀ ਜਿਹੜੀ ਆਪਣੇ ਨੇਬਰਸ ਜਿਹੜੀ ਖਬਰ ਹੈਗੀ ਆ 트럼ਪ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਮੰਡੇ ਤੱਕ 454 ਮਿਲੀਅਨ ਡਾਲਰ ਦਾ ਜਿਹੜਾ ਬੌਂਡ ਆ ਉਹ ਉਹ ਪੇਸ਼ ਕਰਨਾ ਪੈਣਾ ਆ ਕੋਰਟਸ ਦੇ ਵਿੱਚ ਤੇ ਉਹ ਕਾਫੀ ਇਸ ਗੱਲ ਤੋਂ ਸਟਰਗਲ ਕਰ ਰਿਹਾ ਹੈ ਹਾਲਾਂਕਿ ਉਹ ਮਨੀ ਰੇਜ਼ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਪਰ ਜਿਹੜੇ ਇਨਸ਼ੋਰਰ ਐਸੇ ਇੰਸ਼ੋਰੈਂਸ ਕੰਪਨੀਆਂ ਦੇ ਮਨਾ ਕਰਤਾ ਆ ਉਹਨਾਂ ਨੂੰ ਪਤਾ ਹੈ ਕਿ ਇਹ ਰਿਸਕੀ ਹੈਗਾ ਆ ਸੋ 454 ਮਿਲੀਅਨ ਦਾ ਜਿਹੜਾ ਬੌਂਡ ਆ ਉਹਨਾਂ ਨੂੰ ਮੰਡੇ ਤੱਕ ਇਸ ਹਾਫ ਬਿਲੀਅਨ ਡਾਲਰ ਉਹਨਾਂ ਨੂੰ ਇਹ ਪੋਸਟ ਕਰਨਾ ਪੈਣਾ ਹੈ ਐਂਡ ਨਿਊਯਾਰਕ ਤੇਜਰੀ ਅਟਾਰਨੀ ਜਨਰਲ ਹੈ ਉਹਨਾਂ ਨੇ ਕਿਹਾ ਜੇ ਇਹਨਾਂ ਨੇ ਬਾਂਡ ਨਾ ਪੇਸ਼ ਕੀਤਾ ਤੇ ਉਹਨਾਂ ਦੇ ਐਸੈਟ ਵੀ ਫ੍ਰੀਜ਼ ਕਰ ਸਕਦੇ ਆ ਉਹਨਾਂ ਦੀ ਪ੍ਰਾਪਰਟੀਆਂ ਨੂੰ ਵੀ ਟੇਕਓਵਰ ਕਰ ਸਕਦੇ ਆ ਸੋ ਇਹ ਦੁਨੀਆ ਦੇ ਵਿੱਚ ਜਿਹੜਾ ਚੱਲ ਰਿਹਾ ਆ ਆਪਣੇ ਜਿਹੜੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆ ਫਾਰਮਰ ਪ੍ਰਾਈਮ ਮਿਨਿਸਟਰ ਬ੍ਰਾਈਨ ਮਰੂਨੀ ਜਿਨ੍ਹਾਂ ਕੀ ਦੋ ਮੈਜੋਰਿਟੀ ਗਵਰਨਮੈਂਟ ਉਹਨਾਂ ਨੇ ਕੀਤੀਆਂ ਸੀ ਤੇ ਬਹੁਤ ਹੀ ਸੋਹਣੇ ਉਹਨਾਂ ਨੇ ਆਪਦੇ ਟਾਈਮ ਵਿੱਚ ਕੰਮ ਕੀਤੇ ਆ 84 ਸਾਲ ਦੀ ਉਮਰ ਚ ਉਹ ਪੂਰੇ ਹੋ ਗਏ ਸੀ ਹੁਣ ਉਹਨਾਂ ਦੀ ਬਾਡੀ ਜਿਹੜੀ ਬਲਿਸਕਾ ਜਿਹੜਾ ਹੈਗਾ ਆ ਮੌਂਟਰੀਅਲ ਦੇ ਵਿੱਚ ਉੱਥੇ ਰੱਖੇ ਗਏ ਆ ਉੱਥੇ ਲੋਕੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਸਟੇਟ ਫਿਊਨਲ ਆ ਉਹ ਇਸ ਕਮਿੰਗ ਸੈਟਰਡੇ ਤੇ ਹੋਣਾ ਆ ਜਿਹੜਾ ਕਿ ਸਟੇਟ ਫਿਊਨਲ ਉਹਨਾਂ ਦਾ ਉੱਥੇ ਮੌਂਟਰੀਅਲ ਦੇ ਵਿੱਚ ਕੀਤਾ ਜਾਊਗਾ ਜਿਹੜੀ ਬ੍ਰੇਕਿੰਗ ਨਿਊਜ਼ ਇੰਡੀਆ ਦੀ ਹੈਗੀ ਆ ਦਿੱਲੀ ਦੇ ਜਿਹੜੇ ਚੀਫ ਮਨਿਸਟਰ ਹੈ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੂੰ ਅਰੈਸਟ ਕੀਤਾ ਗਿਆ ਆ ਐਂਡ ਅਰੈਸਟ ਦੀਆਂ ਜਦੋਂ ਪਿਕਚਰਸ ਦੇਖੀਆਂ ਬੜੇ ਹੀ ਦੁਖ ਨਮਾਜ਼ੀਆਂ ਲੱਗਦੀਆਂ ਕਿਉਂਕਿ ਉਹਨਾਂ ਨੂੰ ਜਿਵੇਂ ਆਲਮੋਸਟ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਵੀ ਉੱਥੇ ਹੈਗਾ ਆ ਉਹਨੂੰ ਆਲਮੋਸਟ ਕੜੀਸ ਕੇ ਲੈ ਜਾ ਰਹੇ ਸੀ ਜਿਵੇਂ ਕ੍ਰਿਮੀਨਲ ਨੂੰ ਲੈ ਕੇ ਜਾਂਦੇ ਹੁੰਦੇ ਆ ਤੇ ਉਹ ਉਹ ਇਹਨਾਂ ਦਾ ਜਿਹੜੇ ਜਿਹੜਾ ਸਕੈਂਡਲ ਉੱਥੇ ਚੱਲ ਰਿਹਾ ਉਹਦੇ ਤਹਿਤ ਉਹਨਾਂ ਨੂੰ ਫੜਿਆ ਮੇਬੀ ਆਪਣੇ ਫੈਡਰਲ ਇਲੈਕਸ਼ਨ ਆ ਰਹੇ ਆ ਉਹਦਾ ਵੀ ਕੋਈ ਇੰਪੈਕਟ ਹੋ ਸਕਦਾ ਆ ਇਸ ਤੋਂ ਇਲਾਵਾ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਨਾਨ ਕੰਫੀਡੈਂਸ ਵੋਟ ਸੀਗਾ ਪ੍ਰਾਈਮ ਮਿਨਿਸਟਰ ਦੇ ਅਗੇਂਸ ਪਾਰਲੀਮੈਂਟ 'ਚ ਰੱਖਿਆ ਗਿਆ ਸੀ ਉਹ ਅੱਜ ਡਿਫੀਟ ਹੋ ਗਿਆ ਕਿਉਂਕਿ ਲਿਬਰਲਸ ਤੇ ਐਨ ਡੀਪੀ ਆਪਣੇ ਕਈ ਮੁੱਦਿਆਂ ਤੇ ਇਕੱਠੇ ਉਹ ਕੰਮ ਕਰ ਰਹੇ ਆ ਸੋ ਇਹ ਸਾਰੇ ਇੰਟਰਨੈਸ਼ਨਲ ਮੁੱਦੇ ਆਪਣੇ ਕੈਨੇਡਾ ਦੇ ਮੁੱਦੇ ਪ੍ਰੋਵਿੰਸ ਦੇ ਮੁੱਦੇ ਤੁਹਾਨੂੰ ਪਤਾ ਹੈ ਕਿ ਡੇਵਿਡ ਈਬੀ ਐਵਰੀ ਡੇ ਕੁਝ ਨਾ ਕੁਝ ਪੈਸੇ ਜਿਹੜੇ ਵੰਡ ਰਹੇ ਆ ਐਂਡ ਜਿਹੜਾ ਲਾਸਟ ਬਜਟ ਸੀਗਾ ਉਹਦੇ 7.9 ਬਿਲੀਅਨ ਡਾਲਰ ਦਾ ਘਾਟਾ ਦਿਖਾਇਆ ਗਿਆ ਸੀ ਸਾਡੀ ਜਦੋਂ ਸਾਊਥ ਸਾਊਥ ਏਸ਼ੀਅਨ ਮੀਡੀਆ ਨਾਲ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਮੇਰਾ ਉਹਨਾਂ ਨੂੰ ਕੁਐਸਚਨ ਸੀ ਵੀ ਇਹ ਪੈਸੇ ਪੇ ਕਿ ਨਹੀਂ ਕਰਨੇ ਜਿਹੜਾ ਡੈਟ ਹੈਗਾ ਔਰ देयर ਆਰ ਚਿਲड्रन ਔਰ ਗ੍ਰੈਂਡ ਚਿਲड्रन ਵਿਲ ਪੇ ਫॉर दैट ਐਂਡ ਉਹਦੇ ਨਾਲ ਨਾਲ ਉਹ ਉਸ ਦਾ ਜਵਾਬ ਥੋੜਾ ਗੋਲਮੋਲ ਕਰ ਗਏ ਤੇ ਉਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆਊਗਾ ਤੁਹਾਨੂੰ ਪਤਾ ਹੀ ਹੈ ਕਿ ఎవਰੀ ਡੇ देयर आर ਅਨਾਊਂਸਿੰਗ ਮੋਰ ਐਂਡ ਮੋਰ ਮਨੀ ਸੋ ਜਿਹੜੀ ਇਹ ਅਕਾਉਂਟੇਬਿਲਟੀ ਹੈ ਇਹ ਕਮਿਊਨਿਟੀ ਦਾ ਫਰਜ ਹੈ ਉਹਨਾਂ ਨੇ ਪੁੱਛਣਾ ਹੈ ਪ੍ਰੋਵਿੰਸ਼ੀਅਲ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਐਂਡੀਪੀ ਹਲੇ ਲੈਂਡਸਲਾਈਡ ਵਿਨ ਤੇ ਬੈਠੀ ਹੈ ਕਿਉਂਕਿ ਜਿਹੜੀ ਬੀਸੀ ਯੂਨਾਈਟਿਡ ਹੈ ਜਿਹੜੀ ਪੁਰਾਣੀ ਲਿਬਰਲ ਪਾਰਟੀ ਸੀ ਉਹਦਾ ਨਵਾਂ ਨਾਂ ਕਰਕੇ ਲੋਕੀ ਹਲੇ ਨਾਂ ਤੋਂ ਯੂਜ਼ ਟੂ ਨਹੀਂ ਹੋਏ ਪਰ ਉਸ ਤੇ ਵਿਚਾਲੇ ਉਹ ਇਹਨਾਂ ਤੋਂ ਜਿਹੜੇ 2 ਐਮਐਲਏ ਟੁੱਟ ਕੇ ਗਏ ਸੀ ਉਹਨਾਂ ਨੇ BC ਕਨਜ਼ਰਵੇਟਿਵ ਪਾਰਟੀ ਨੂੰ ਰਿਵਾਈਵ ਕਰਤਾ ਆ ਸੋ BC ਕਨਜ਼ਰਵੇਟਿਵ ਦੇ ਜਿਹੜੇ ਨੰਬਰਸ ਉੱਪਰ ਜਾ ਰਹੇ ਆ ਆਮ ਲੋਕਾਂ ਦਾ ਕਹਿਣਾ ਹੈ ਕਿ ਫੈਡਰਲ ਕਨਜ਼ਰਵੇਟਿਵਸ ਦੇ ਨੰਬਰ ਹਾਈ ਕਰਕੇ ਉਸ ਦਾ ਇੰਪੈਕਟ ਪ੍ਰੋਵਿੰਸ਼ੀਅਲ ਦਾ ਜਿਹੜੀ ਕਨਜ਼ਰਵੇਟਿਵ ਹੈ ਉਹਨੂੰ ਉਹਦਾ ਫਾਇਦਾ ਮਿਲ ਰਿਹਾ ਸੋ ਐਨਡੀਪੀ BC Conservative in second number on the polls and BC United Kevin Falcon ਉਹਨਾਂ ਦੀ ਜਿਹੜੀ ਟੀਮ ਹੈ ਤੀਜੇ ਨੰਬਰ ਦੇ ਚਲੀ ਗਈ ਹੈ ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਆਈ ਕੈਨ ਫਾਈਂਡ ਅ ਬੈਟਰ ਪਰਸਨ ਉਹਨਾਂ ਨੂੰ ਕੋਈ ਲੰਮੀ ਚੌੜੀ ਇੰਟਰੋਡਕਸ਼ਨ ਦੀ ਲੋੜ ਨਹੀਂ ਡਾਕਟਰ ਗੁਲਜ਼ਾਰ ਚੀਮਾ ਜਿਹੜੇ ਕਿ ਦੋ ਪ੍ਰੋਵਿੰਸਾਂ ਦੇ ਵਿੱਚ ਐਮਐਲਏ ਰਹੇ ਹੈ ਫਰਸਟ ਸਾਊਥ ਏਸ਼ੀਅਨ ਔਰ ਸਿੱਖ ਟੂ ਬੀ ਐਮਐਲਏ ਇਨ ਟੂ ਪ੍ਰੋਵਿੰਸਸ ਐਨ ਉਸ ਤੋਂ ਅਲਾਵਾ ਇੱਥੇ ਮਿਨਿਸਟਰੀ ਚ ਵੀ ਇਹ ਰਹੇ ਹੈ ਅੰਡਰ ਗੋਰਡਨ ਕੈਂਪਬਲਸ ਗਵਰਨਮੈਂਟ ਤੋਂ ਕਮਿਊਨਿਟੀ ਜੋ ਹੋ ਆਲਵੇਜ਼ ਐਕਟਿਵ ਰਹੇ ਹੈ ਪ੍ਰਾਈਮ ਮਿਨਿਸਟਰ ਨੌਨੋਬਲਾ ਕਲੋਜ਼ ਦਾ ਵਾਸਤਾ ਹੈ ਉਹਨਾਂ ਲਈ ਫੰਡ ਰੇਜ਼ਿੰਗ ਫੈਡਰਲ ਲੈਵਲ ਸਿਰ ਨੇ ਕਾਫੀ ਕੀਤਾ ਹੈ ਤੇ ਕਮਿਊਨਿਟੀ ਦੀ ਸੇਵਾ ਲਈ ਕਦੇ ਇਹ ਚੀਜ਼ ਕਰਦੇ ਨਹੀਂ ਆਲਵੇਜ਼ ਕਰਦੇ ਰਹਿੰਦੇ ਕੋਈ ਵੀ ਫੰਡ ਰੇਜ਼ਰ ਹੋਵੇ ਕਿਸੇ ਵੀ ਦੁਨੀਆ ਦੇ ਵਿੱਚ ਕੋਈ ਭੀੜ ਪਈ ਹੋਵੇ ਉੱਥੇ ਅਸੀਂ ਇਕੱਠੇ ਹੋ ਕੇ ਦੀ ਵੀ ਦੇ ਤੂੰ ਜਿਹੜੇ ਵੀ ਫੰਡ ਰੇਸ ਕਰਨੇ ਹੁੰਦੇ ਆ ਯੂਕਰੇਨ ਵਾਰ ਲਈ ਵੀ ਕੀਤੇ ਸੀਗੇ ਇਹ ਉਪਰਾਲੇ ਜਿਹੜੇ ਅਸੀਂ ਆਲਵੇਸ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਨਾਲ ਡਾਕਟਰ ਚੀਵਾ ਇਹਨਾਂ ਦੀ ਫੈਮਿਲੀ ਪ੍ਰੈਕਟਿਸ ਤਾਂ ਹੈਗੀ ਹੈਗੀ ਆ ਇਸ ਦੇ ਨਾਲ ਨਾਲ ਹੀ ਇਜ਼ ਅ ਕਲੀਨिकल ਐਸੋਸੀਏਟ ਪ੍ਰੋਫੈਸਰ ਐਟ ਡਿਪਾਰਟਮੈਂਟ ਆਫ ਫੈਮਿਲੀ ਮੈਡੀਸਨ ਆਫ ਯੂ ਬੀ ਸੀ ਸੋ ਉਸ ਦੇ ਵਿੱਚ ਵੀ ਜਿਹੜੇ ਮੈਂਟਰਿੰਗ ਦੀ process ਹੈ ਡਾਕਟਰਸ ਨੂੰ ਜਿਹੜਾ ਟ੍ਰੇਨਡ ਕਰਨ ਦੀ ਜਿਹੜੀ ਹੈਗੀ ਆ ਉਹ process ਕਰਗੇ ਵੈਲਕਮ ਟੂ ਸੀ ਜੈਸੇ ਦੂ ਸ਼ੋ ਡਾਕਟਰ ਸਾਹਿਬ ਬਹੁਤ ਧੰਨਵਾਦ ਥੈਂਕ ਯੂ ਸੀ ਜੀ ਸੋ ਡਾਕਟਰ ਸਾਹਿਬ ਆਪਾਂ ਬ੍ਰਾਇਨ ਮਰੂਨੀਵਰਾਨ ਬਾਰੇ ਤੁਹਾਨੂੰ ਕਾਫੀ ਨੋਲੇਜ ਹੈਗੀ ਹੈ ਤੇ ਪਹਿਲਾਂ ਤਾਂ ਆਪਣਾ ਸ਼ੋਕ ਸਮਾਚਾਰ आवर ਕੰਡੋਲੈਂਸਸ ਟੂ ਦਾ ਫੈਮਿਲੀ ਐਂਡ ਪਾਸਿੰਗ ਆਫ ਅ ਸੱਚ ਅ ਸਟੇਟਸਮੈਨ ਐਂਡ ਟੂਡੇ ਉਸ ਪਰ ਕੀ ਖਿਆਲ ਹੈ ਦੇਖੋ ਪਹਿਲੀ ਗੱਲ ਤੇ ਕਿ ਸੀ ਜੀ ਤੁਸੀਂ ਕਾਫੀ ਸਮਰੀ ਕਰਤੀ ਹੈ ਦਰ ਇਜ਼ ਸੋ ਮਚ ਇਸ ਹੈਪਨਿੰਗ ਅਕ੍ਰੋਸ ਦਾ ਵਰਡ ਯਾਰਾ ਗਲੋਬ ਦੇ ਵਿੱਚ ਕਿੰਨੇ ਟਰਮੋਇਲ ਨੇ ਕਿੰਨੇ ਕਨਫਲਿਕਟ ਚੱਲਦੇ ਪਏ ਨੇ देयर आर ਮੈਨੀ ਇਸ਼ੂਜ਼ ਜਿਹੜਾ ਸਾਨੂੰ ਡਾਇਰੈਕਟਲੀ ਤੇ ਇੰਡਾਇਰੈਕਟਲੀ ਇੰਪੈਕਟ ਕਰਦੇ ਪਏ ਨੇ ਸੋ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਪਰ ਜਿਹੜਾ ਅੱਜ ਦਾ ਜਿਹੜਾ ਟਾਈਮ ਹੈ ਕਿਉਂਕਿ ਸਾਡੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਮਿਸਟਰ ਮਰੋਨੀ ਉਹਨਾਂ ਦੇ ਉਹ ਪੂਰੇ ਹੋ ਗਏ ਨੇ ਉਹ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਇਨੀ ਵੱਡੀ ਕੰਟ੍ਰਿਬਿਊਸ਼ਨ ਹੈ ਕਿ ਉਸ ਟਾਈਮ ਦੇ ਵਿੱਚ ਕਈ ਤਰ੍ਹਾਂ ਦੇ ਵਾਦ-ਵਿਵਾਦ ਫਿਰ ਵੀ ਡਾਕਟਰ ਪੋਲਿਟਿਕਸ ਜਿਹੜੀ ਹੁੰਦੀ ਹੈ ਨਾ ਬੜੀ ਖਤਰਨਾਕ ਗੇਮ ਹੈ ਪਰ ਜਿਹੜੇ ਲੋਕ ਸਟੈਂਡ ਲੈ ਕੇ ਆਪਣੇ ਕੰਟਰੀ ਵਾਸਤੇ ਆਪਣੀ ਕਮਿਊਨਿਟੀ ਵਾਸਤੇ ਉਹਨਾਂ ਨੇ ਜਿੰਨਾ ਕੰਟਰੀ ਵਾਸਤੇ ਕੰਮ ਕੀਤਾ ਉਹਨਾਂ ਨੇ ਉਸ ਟਾਈਮ ਦੇ ਵਿੱਚ ਫ੍ਰੀ ਟ੍ਰੇਡ ਜਾਂ ਜਿਹੜੇ ਹੋਰ ਇਸ਼ੂਸ ਹਨ ਸਾਰੇ ਉਹਨਾਂ ਦਾ ਕਿੰਨਾ ਅੱਜ ਲੋਕ ਫਾਇਦਾ ਉਠਾ ਰਹੇ ਨੇ ਅਬ ਪਹਿਲਾਂ ਮਤ ਪਹਿਲਾਂ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਪੂਰੀ ਤਰੀਕੇ ਨਾਲ ਕਿ ਇਹ ਕੀ ਹੋ ਰਿਹਾ ਸੋ ਕੇਵਰੀ ਹੁੰਦਾ ਵੀ ਤੁਸੀਂ ਜਦੋਂ ਲੰਬੇ ਸਮੇਂ ਲਈ ਸਫ਼ਰ ਦੇ ਵਿੱਚ ਹੁੰਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਲੋਕੀ ਜਾਂ ਅੱਕ ਜਾਂਦੇ ਨੇ ਜਾਂ ਥੱਕ ਜਾਂਦੇ ਨੇ ਪਰ ਜਦੋਂ ਤੁਹਾਨੂੰ ਟਾਈਮ ਪੂਰਾ ਹੁੰਦਾ ਫਿਰ ਉਸ ਤੋਂ ਬਾਅਦ ਯਾਦ ਆਉਂਦੀ ਵੀ ਆਹ ਕੰਮ ਸਾਰੇ ਬਹੁਤ ਚੰਗੇ ਕੀਤੇ ਸੀ ਉਹਨਾਂ ਦੀਆਂ ਦੋ ਤਿੰਨ ਗੱਲਾਂ ਮੈਂ ਸਾਰਿਆਂ ਨੂੰ ਹਾਈਲਾਈਟ ਕਰਨਾ ਚਾਹੁੰਦਾ ਪਹਿਲੀ ਗੱਲ ਤੇ ਵੀ ਜਦੋਂ ਜਦੋਂ ਉਹ ਇਲੈਕਟਡ ਸਨ ਪ੍ਰਾਈਮ ਮਿੰისტਰ ਉਸੇ ਟਾਈਮ ਦੇ ਵਿੱਚ ਹੀ ਮੈਂ ਮੈਨੇਟੋ ਵਿੱਚ ਐਮ ਐਲ ਏ ਦੀ ਇਲੈਕਸ਼ਨ ਮੇਰੀ ਹੋਈ ਸੀ ਸੋ ਬੜਾ ਬੜਾ ਟਾਈਮ ਮੀਚ ਲੇਕਦਾ ਜਿਹੜਾ ਸਾਡਾ ਯੈਸ ਯੈਸ ਜਿਹੜਾ ਕਨਸਟੀਟਿਊਸ਼ਨ ਦਾ ਜਿਹੜਾ ਡਿਬੇਟ ਸੀ ਉਹਨਾਂ ਨੇ ਬੜਾ ਪੁਸ਼ ਕੀਤਾ ਉਸ ਚੀਜ਼ ਨੂੰ ਬੜੀ ਟਰਾਈ ਕੀਤੀ ਬਾਇ ਸਮ ਹਾਉ ਸਕਸੈਸਫੁਲ ਨਹੀਂ ਹੋਏ ਪਰ ਜਿਹੜੀ ਸਾਡੀ ਜਿਹੜੀ ਸਾਊਥ ਏਸ਼ੀਆਨ ਭਾਈਚਾਰਾ ਨੇ ਉਹਨਾਂ ਦੇ ਉਸ ਟਾਈਮ ਜੇ ਦੋ ਤਿੰਨ ਘਟਨਾਵਾਂ ਹੋਈਆਂ ਜਿਹੜਾ ਕਿ ਬੜਾ ਬੜਾ ਅਸਰ ਪਿਆ ਸੀ ਸਾਡੇ ਲੋਕਾਂ ਤੇ ਪਹਿਲੀ ਗੱਲ ਤੇ ਆ ਕਿ ਬਹੁਤਿਆਂ ਲੋਕਾਂ ਨੇ ਪਲੇਖਾ ਕਿ ਜਿਹੜੀ ਇਮੀਗ੍ਰੇਸ਼ਨ ਨੇ ਕੋਈ ਇੱਕ ਪਾਰਟੀ ਹੀ ਕੰਟਰੋਲ ਕਰਦੀ ਉਹ ਟਰੂ ਨਹੀਂ ਹੈਗਾ ਤੁਸੀਂ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਸੀ ਬੜੇ ਸੋਹਣੇ ਤਰੀਕੇ ਨਾਲ ਡਾਈਵਰਸਿਫਾਈਡ ਬਹੁਤ ਸੋਹਣੇ ਤਰੀਕੇ ਨਾਲ ਹੋਈ ਸੀ ਉਹਦੇ ਜਿਹੜੇ ਚੰਗੇ ਅਫੈਕਟ ਨੇ ਅੱਜ ਤੱਕ ਜਿਹੜੇ ਸਾਡੇ ਲੋਕ ਉਠਾ ਰਹੇ ਸੈਕੰਡ ਪਾਰਟ ਸੀ ਕਿ ਉਸ ਟਾਈਮ ਦੇ ਵਿੱਚ ਤੁਹਾਨੂੰ ਪਤਾ ਇੱਕ ਵਾਰੀ ਪਲੇਨ ਆਇਆ ਸੀ ਜਿਹਦੇ ਵਿੱਚੋਂ ਕਾਫੀ ਲੋਕ ਰੈਫਿਊਜੀ ਬਣੇ ਸੀ ਭਰਿਆ ਦਾ ਭਰਿਆ ਪਲੇਨ ਸੀ ਤੇ ਉਹ ਫਿਰ ਕਈਆਂ ਨੇ ਉਹਦੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਪਰ ਉਹਨਾਂ ਨੇ ਉਹਨਾਂ ਦੀ ਸਰਕਾਰ ਨੇ ਉਹਨਾਂ ਸਾਰਿਆਂ ਬੰਦਿਆਂ ਨੂੰ ਐਕਸੈਪਟ ਕੀਤਾ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਉਹ ਕਿੰਨੇ ਜਿਹੜੇ ਸੀਓ ਮੇਰੇ ਕੋਲ 164 ਜਾਂ ਸਮਥਿੰਗ ਲਾਈਕ ਨੰਬਰ ਜਿਹੜੇ ਸੀ ਨਾ ਕਿਉਂਕਿ ਅਸੀਂ ਬਹੁਤ ਉਸ ਸਾਹਮਣੇ ਵਿੱਚ ਬਹੁਤ ਇਨਵੋਲਵ ਸੀ ਇਸ ਕੰਮ ਦੇ ਵਿੱਚ ਮੈਂ ਸੋ ਅਸੀਂ ਜੋ ਵੀ ਕਰ ਸਕਦੇ ਸੀ ਮੈਂ ਹੁਣ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਪਰ ਪ੍ਰਧਾਨ ਮੰਤਰੀ ਨੇ ਸਾਡੇ ਲੋਕਾਂ ਲਈ ਬੜੇ ਸੋਹਣੇ ਤਰੀਕੇ ਨਾਲ ਇਸ ਚੀਜ਼ ਨੂੰ ਹੈਂਡਲ ਕੀਤਾ ਜਿਹੜਾ ਜਿਹੜਾ ਅਗਲਾ ਮੁੱਦਾ ਨਾ ਜਿਹੜਾ ਬੜਾ ਹੀ ਹੁਣ ਸਾਰੇ ਆ ਸਾਜਤਾ ਜਿਕੇ ਆਪਣੇ ਲੋਕ ਹੁਣ ਹਰ ਤਰ੍ਹਾਂ ਦਾ ਜਿਹੜੇ ਪੰਜ ਕਕਾਰ ਪਾਉਂਦੇ ਨੇ ਆਪਣੀ ਟਰੰਨ ਨੂੰ ਹਰ ਜਗ੍ਹਾ ਦੇ ਆਪਾਂ ਆਪਣੇ ਆਪਣੇ ਉਸ ਪਰਹਾਏ ਵਿੱਚ ਜਾ ਸਕਦੇ ਆ ਉਦੋਂ ਜਿਹੜਾ RCMP ਦਾ ਬੜਾ ਵੱਡਾ ਇਸ਼ੂ ਆਇਆ ਸੀ ਕਿ ਪਗ ਦਾ ਜਿਹੜਾ ਇਸ਼ੂ ਸੀ ਵੀ ਇਹ ਅਕਸੈਪਟ ਕਰਨੀ ਕਿ ਨਹੀਂ ਕਰਨੀ ਉਸ ਉਸ ਚੱਕਰ ਜਿ ਵੀ ਪ੍ਰਧਾਨ ਮੰਤਰੀ ਦੀ ਬੜੀ ਵਿਰੋਧਤਾ ਹੋਈ ਉਹਨਾਂ ਨੇ ਪਰ ਉਹਨਾਂ ਨੇ ਅਖੀਰ ਤੇ ਆ ਕੇ ਸਟੈਂਡ ਲੈ ਕੇ ਉਹਨਾਂ ਦੇ ਟਾਈਮ ਦੇ ਵਿੱਚ RCMP ਦੀ ਟਰੰਨ ਲਾਗੂ ਹੋਈ ਸੀ ਸੋ ਇਹ ਸਾਰਿਆਂ ਨੂੰ ਪਹਲਿਕਾ ਕਿ ਕਿਹੜੀ ਹੋਰ ਸਰਕਾਰ ਨੇ ਨਹੀਂ ਕੀਤਾ ਉਹਨਾਂ ਦੀ ਸਰਕਾਰ ਦੇ ਟਾਈਮ ਹੀ ਹੋਇਆ ਸੀ ਇਸੇ ਕਰਕੇ ਉਸ ਟਾਈਮ ਦੇ ਵਿੱਚ ਇੱਕ ਨਵੀਂ ਪਾਰਟੀ ਖੜੀ ਹੋਈ ਸੀ ਆਪਾ ਉਹਦੇ ਬਾਰੇ ਤਾਂ ਸਾਰਿਆਂ ਨੂੰ ਸਮਝ ਹੈ ਹੀ ਹੈ ਪਰ ਇਹ ਜਿਹੜੀਆਂ ਗੱਲਾਂ ਨੇ ਕਿ ਉਹਨਾਂ ਦਾ ਬੜਾ ਪੋਜ਼ਿਟਿਵ ਐਟੀਟਿਊਡ ਸੀ ਆਪਣੇ ਲੋਕਾਂ ਦਾ ਜਨਰਲੀ ਪੋਜ਼ਿਟਿਵ ਸੀ ਬਹੁਤ ਤੇ ਬਾਕੀ ਜਿਹੜੇ ਉਹਨਾਂ ਨੇ ਇਸ ਟਾਈਮ ਦੇ ਵਿੱਚ ਜਿਹੜਾ ਕਿ ਇੱਕ ਬੜਾ ਹਿਸਟੋਰਿਕ ਫੈਸਲਾ ਸੀ ਬੜੇ ਲੋਕ ਉਸ ਚੀਜ਼ ਦਾ ਕ੍ਰੈਡਿਟ ਲੈਣ ਦੀ ਟਰਾਈ ਕਰਨਗੇ ਉਹਨਾਂ ਦੀ ਆਪਣੀ ਆਪਣੀ ਮਰਜ਼ੀ ਹੈ ਪਰ ਜਿਹੜੀ ਹਿਸਟਰੀ ਜਿਹੜੀ ਹੈ ਨਾ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਜੋ ਗੱਲ ਸਹੀ ਹੈ ਉਹ ਸਹੀ ਹੈ ਉਸ ਸਮੇਂ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਇਸ ਐਕਸੈਪਟ ਕੀਤਾ ਸੀ ਮੈਨੂੰ ਯਾਦ ਹੈ ਕਿ ਆਈ ਥਿੰਕ ਜੂਨ ਦਾ ਮਹੀਨਾ ਸੀ 1993 ਦੇ ਵਿੱਚ ਜਦੋਂ ਜਿਹੜੀ ਕਨਵੈਨਸ਼ਨ ਹੋਈ ਸੀ ਕੈਲਗਰੀ ਦੇ ਵਿੱਚ ਉਸ ਕਨਵੈਨਸ਼ਨ ਦੇ ਵਿੱਚ ਇਹਦਾ ਬੜਾ ਬੜਾ ਮੁੱਦਾ ਸੀ ਇਹਦਾ ਕਿ ਕਿਸ ਤਰ੍ਹਾਂ ਕਿਹੜੀ ਪਾਰਟੀ ਕਰੇਗੀ ਪਰ ਇਹਨਾਂ ਦੇ ਦੂਸਰੀ ਸਾਡੀ ਸਾਡੀ ਪਾਰਟੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਹੱਕ 'ਚ ਫੈਸਲਾ ਕਰਕੇ ਉਹਨਾਂ ਦੇ ਜਿਹੜੇ ਹੁੰਦੇ ਸੀ ਉਹ ਅਟਾਰਨੀ ਜਨਰਲ ਉਹਨਾਂ ਨੇ ਇਸ ਚੀਜ਼ ਨੂੰ ਅਪਰੂਵ ਕੀਤਾ ਸੀ ਤੇ ਮੈਂ ਸਮਝੀ ਨਾ ਵੀ ਉਹ ਸਾਨੂੰ ਚਾਹੀਦਾ ਉਸ ਚੀਜ਼ ਬਾਰੇ ਯਾਦ ਰੱਖਣਾ ਕਿਉਂਕਿ ਭੁੱਲ ਜਾਣੇ ਅਸੀਂ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਉਹ ਹੌਲੀ ਹੌਲੀ ਉਹਦੀ ਕਿਤਾਬ ਜਿਹੜੀ ਹੈ ਨਾ ਉਹ ਅਸੀਂ ਵਰਕੇ ਪੜ੍ਹਨੇ ਸ਼ੁਰੂ ਕਰ ਦਿੰਨੇ ਆ ਸੋ ਇਹ ਗੱਲਾਂ ਬੜੀਆਂ ਅੱਛੀਆਂ ਚੰਗੇ ਸੀ ਆਪਣੇ ਹਿਸਾਬ ਨਾਲ ਬੜੇ ਐਕਟਿਵ ਰਹੇ ਨੇ ਉਹਨਾਂ ਨੇ ਕੁਬਕ ਦੇ ਅਗਡ ਹੋਣ ਦਾ ਵੀ ਮੁੱਦਾ ਉਦੋਂ ਉਦੋਂ ਕੁਬਕਦਾ ਸੀ ਜਦੋਂ ਮੀਚ ਲੇਖਦਾ ਸੀ ਉਸ ਤੋਂ ਬਾਅਦ ਜਿਹੜੇ ਕਈ ਇਸ਼ੂਜ਼ ਆਏ ਨੇ ਜਿਹੜੇ ਕਿ ਹੁਣ ਜਿਹੜੇ ਉਹਨਾਂ ਦੀ ਕੋਈ ਉਹਨਾਂ ਦੀ ਵੈਲਿਊ ਹੁਣ ਜ਼ਿਆਦਾ ਆ ਰਹੀ ਹੈ ਪਰ ਅਵੇਅਰਨੈਸ ਬੜੀ ਕੀਤੀ ਸੋ ਕੰਟੀਨਿਊ ਜੋੜਨਾ ਵੀ ਬੜਾ ਜ਼ਰੂਰੀ ਹੈ ਲੋਕਾਂ ਦੇ ਨਾਲ ਗੱਲ ਕਰਨਾ ਵੀ ਜ਼ਰੂਰੀ ਹੈ ਪਰ ਜਿਹੜਾ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਨੈਸਲ ਮੰਡਾਲਾ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ ਉਸ ਮੁਲਕ ਦੇ ਵਿੱਚ ਬਰਾਬਰਤਾ ਕਰਨ ਵਾਸਤੇ ਉਹਨਾਂ ਨੇ ਆਪਣੇ ਜਿਹੜੇ ਕਨੈਕਸ਼ਨ ਸੀ ਅ ਯੂਐਸਏ ਦੇ ਪ੍ਰੈਜ਼ੀਡੈਂਟ ਨਾਲ ਯੂਕੇ ਦੇ ਪ੍ਰੈਜ਼ੀਡੈਂਟ ਨਾਲ ਬਾਕੀ ਜਿਹੜੇ ਜੀ7 ਦੇ ਨੇਸ਼ਨ ਸੀ ਉਹਨਾਂ ਨਾਲ ਕੰਮ ਕਰਕੇ ਉਹਨਾਂ ਨੂੰ ਬੜਾ ਉੱਤੇ ਰੋਲ ਅਦਾ ਕੀਤਾ ਮੈਂ ਸਭ ਤੋਂ ਮੋਸਟ ਪ੍ਰੋਮਿਨੈਂਟ ਰੋਲ ਰਿਹਾ ਉਹਨਾਂ ਦਾ ਸੋ ਇਹ ਤਿੰਨ ਚਾਰ ਗੱਲਾਂ ਜਿਹੜੀਆਂ ਨਾ ਉਹਨਾਂ ਨੂੰ ਮੈਂ ਸਮਝਣਾ ਬੜੀਆਂ ਇਹ ਜਿਹੜਾ ਹਿਸਟਰੀ ਦੇ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਗਰੇਗਾ ਇਸੇ ਕਰਕੇ ਤੁਸੀਂ ਦੇਖਿਆ ਵੀ ਆਪਣੇ ਸੀਨੀਅਰ ਟਰੂਡ ਉਹਨਾਂ ਤੋਂ ਬਾਅਦ ਨੈਕਸਟ ਟਾਈਮ ਕਿਸੇ ਨੂੰ ਇੰਨਾ ਮਾਨ ਸਤਕਾਰ ਤੇ ਇੱਜ਼ਤ ਮਿਲੀਏ ਇਸ ਟਾਈਮ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਸਮਝ ਆ ਗਈ ਸਾਰੇ ਪੜ੍ਹਦੇ ਨੇ ਲਿਖਦੇ ਨੇ ਪਰ ਜਿਹੜੀਆਂ ਚਾਰ ਗੱਲਾਂ ਮੈਂ ਹਾਈਲਾਈਟ ਕੀਤੀਆਂ ਨੇ ਉਹ ਬੜੀਆਂ ਕ੍ਰੂਸ਼ਲ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਲੜਦਾ ਉਹਨੂੰ ਉਹਦੀ ਲੜਾਈ ਉਹਨਾਂ ਦੀ ਬਹੁਤ ਵੱਡੀ ਸੀ ਇੰਟਰਨੈਸ਼ਨਲ ਲੜਾਈ ਸੀ ਛੋਟੀ ਮੋਟੀ ਗੱਲ ਨਹੀਂ ਸੀ ਫਿਰ ਉਹਨਾਂ ਨੈਲਸਨ ਮੰਡੇਲਾ ਜਦੋਂ ਬਾਹਰ ਆਏ ਨੇ ਉੱਥੇ ਵੀ ਗਏ ਸੋ ਸਾਰੇ ਤੁਹਾਨੂੰ ਸਮਝੇ ਸਾਰਿਆਂ ਨੇ ਵੇਖ ਹੀ ਲਿਆ ਤੁਸੀਂ ਵਿਕੀ ਹੋਇਆ ਉਸ ਤੋਂ ਬਾਅਦ ਸੋ ਜਿਹੜਾ ਨੈਕਸਟ ਸੀ ਡੈਫੀਨੇਟਲੀ ਜੋ ਇਮੀਗ੍ਰੇਸ਼ਨ ਦਾ ਤੇ ਜਿਹੜੀ ਵੀ ਸਰਕਾਰ ਹੁੰਦੀ ਆ ਆਪਣੇ ਹਿਸਾਬ ਨਾਲ ਕੰਮ ਕਰਦੀ ਆ ਹਰ ਤਾਂ ਆਪਣਾ ਆਪਣੇ ਜਿਹੜੀ ਉਹਨਾਂ ਦਾ ਆਪਣਾ ਸਕੋਪ ਹੈ ਆਪਣਾ ਤਰੀਕੇ ਨਾਲ ਕਰਮ ਕੰਮ ਕਰਨਾ ਸਾਰਿਆਂ ਨੇ ਸੋ ਬਾਕੀ ਜਿਹੜਾ ਮੈਥਨ ਰਿਫਿਜੀਸ ਬਾਰੇ ਗੱਲ ਕੀਤੀ ਜਿਹੜੇ ਆਏ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਖਾਪੇ ਸੀ ਵੇਰਾਂ ਹੁਣ ਕੱਢੋ ਕਿਉਂਕਿ ਉਸ ਉਸ ਟਾਈਮ ਦੇ ਵਿੱਚ ਜਿਹੜੀ ਨਾ ਸਿਕ ਕਮਿਊਨਿਟੀ ਦੇ ਨੂੰ ਲੋਕੀ ਥੋੜੀ ਜੀ ਨਜ਼ਰ ਪੈੜੀ ਪੈੜੇ ਤਰੀਕੇ ਨਾਲ ਵੇਖਦੇ ਸੀ ਇੱਕ ਤੇ ਜਿੱਥੋਂ ਆਏ ਉੱਥੋਂ ਮਾਰ ਖਾ ਕੇ ਲੋਕ ਆਏ ਫਿਰ ਆ ਕੇ ਇੱਥੇ ਵੀ ਚੰਗੇ ਤਰੀਕੇ ਨਾਲ ਨਹੀਂ ਡੀਲ ਕੀਤਾ ਤੇ ਫਿਰ ਮਾੜੀ ਗੱਲ ਸੀ ਪਰ ਉਹਨਾਂ ਨੇ ਸੋਹਣੇ ਤਰੀਕੇ ਨਾਲ ਡੀਲ ਕੀਤਾ ਇਸ਼ੂ ਰਿਜ਼ੋਲਵ ਹੋਏ ਸੋ ਉਸ ਟਾਈਮ ਦੇ ਵਿੱਚ ਬਹੁਤ ਸਾਰੇ ਲੋਕ ਸੀ ਜਿਹੜੇ ਇਮਿਗ੍ਰੇਸ਼ਨ ਯਰ ਫੂਜੀ ਬੋਰਡ ਦੇ ਵਿੱਚ ਉਹਨਾਂ ਦੇ ਟਾਈਮ ਦੇ ਵਿੱਚ ਡਾਇਵਰਸਿਫਾਈਡ ਬਹੁਤ ਡਾਇਵਰਸਿਫਿਕੇਸ਼ਨ ਬੜੀ ਸੀ ਇੱਕ ਤੋਂ ਬੰਦੇ ਸੀ ਜਿਹਨਾਂ ਦੇ ਨਾਲ ਉਹ ਬਹੁਤ ਕਲੋਸ ਹਨ ਉਹਨਾਂ ਦੇ ਨਾਂ ਨਹੀਂ ਲੈਣੇ ਉਹਨਾਂ ਵਿੱਚੋਂ ਇੱਕ ਜਾਣੇ ਉਹ ਜਾ ਚੁੱਕੇ ਨੇ ਹੁਣ ਇਸ ਦੁਨੀਆ ਵਿੱਚ ਹੈ ਨਹੀਂ ਸੋ ਉਹਨਾਂ ਦਾ ਉਹ ਕਰਦੇ ਸੀ ਲੋਕਾਂ ਨਾਲ ਕੰਸਲਟ ਮੇਰੇ ਨਾਲ ਤੇ ਉਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਕਿਉਂਕਿ ਸਾਡੀ ਪਾਰਟੀ ਵੱਖਰੀ ਸੀ ਬਟ ਡੈਫੀਨਿਟਲੀ ਕਿਉਂਕਿ ਬੀਇੰਗ ਅ ਪ੍ਰੋਮਿਨੈਂਟ ਮੈਂਬਰ ਆਫ ਦੀ ਕਮਿਊਨਿਟੀ ਆਫ ਆਫ ਕਰਸ ਯਾ ਯਾ ਸੋ ਵੀ ਵਰ ਵੈਰੀ ਐਂਗਸ਼ੀਅਸ ਵੀ ਕਮਿਊਨਿਟੀ ਦਾ ਕਿਸ ਤਰ੍ਹਾਂ ਡੀਲ ਕਰਨਗੇ ਸੋ ਵੀ ਵਰ ਵੈਰੀ ਹੈਪੀ ਵੀ ਉਹਨਾਂ ਚੰਗੇ ਤਰੀਕੇ ਨਾਲ ਵਿਦ ਰਿਸਪੈਕਟ ਉਹਨਾਂ ਨੇ ਲੋਕਾਂ ਨਾਲ ਡੀਲ ਕੀਤਾ ਸੋ ਸੋ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਮਰਾਂ ਨਾਲ ਸਾਡੇ ਫੋਨ ਲਾਈਨਸ ਓਪਨ ਹੈ ਜੇ ਤੁਸੀਂ ਕਿਸੇ ਵੀ ਮੁੱਦੇ ਤੇ ਤੁਹਾਨੂੰ ਕੁਐਸਚਨ ਹੈ ਉਹ ਤੁਸੀਂ ਡਾਕਟਰ ਸਾਹਿਬ ਨੂੰ ਪੋਲਿਟਿਕਸ ਬਾਰੇ ਜਾਂ ਮੈਡੀਕਲ ਬਾਰੇ ਹੈਲਥ ਬਾਰੇ ਜੇ ਕੋਈ ਵੀ ਕੁਐਸਚਨ ਹੈਗਾ ਤੁਸੀਂ ਸਾਡੀਆਂ ਲਾਈਨਸ ਓਪਨ ਹੈ 6046695955 ਤੇ ਸਾਡੇ ਇੰਟਰਨੈਸ਼ਨਲ ਨੰਬਰ ਵੀ ਚੱਲ ਰਹੇ ਆ वर्ल्ड वाइड ਸੋ ਤੁਸੀਂ ਕਾਲ ਕਰਕੇ ਇਸ ਨੰਬਰ ਤੇ ਆ ਡਾਕਟਰ ਸਾਹਿਬ ਨੂੰ ਸਿੱਧੇ ਕੁਐਸਚਨ ਪੁੱਛ ਸਕਦੇ ਆ ਸੋ ਡਾਕਟਰ ਸਾਹਿਬ ਯੂ ਮੈਂਸ਼ਨ ਅਬਾਊਟ ਦਸ ਦਸ ਗੁੱਡ ਟੂ ਨੋ ਕਿਉਂਕਿ ਜਿਹੜਾ ਟਰਬਨ ਦਾ ਮੁੱਦਾ ਆ ਮੈਨੂੰ ਯਾਦ ਆ ਉਦੋਂ ਕੈਲਗਰੀ ਚ ਖਾਸ ਕਰਕੇ ਆਪਣੇ ਉਹਨਾਂ ਨੇ ਬਟਨ ਬਣਾਏ ਸੀਗੇ ਤੇ ਟਰਬਨ ਪੜਾ ਕੇ ਤੇ ਕਰਾਸ ਦਾ ਸਾਈਨ ਲਾ ਕੇ ਉਹਨਾਂ ਬਟਨ ਜਿਹੜੇ ਹੈਗੇ ਲਾਉਣ ਵਾਲੇ ਉਹ ਉਹ ਵੰਡੇ ਤੇ ਕਾਫੀ ਉਹਦਾ ਰੋਲਾ ਪਿਆ ਸੀ ਉਹਦੇ باوجود ਤੁਸੀਂ ਜਿਵੇਂ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਤੇ ਫਿਰ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਡਿਸੀਜਨ ਬਣਾਉਣੇ ਉਦੋਂ ਟਰੂ ਪੋਲੀਟੀਸ਼ੀਅਨ ਦਾ ਤੇ ਸਟੇਟਸਮੈਨ ਦਾ ਪਤਾ ਲੱਗਦਾ ਜਿਹਨੂੰ ਅਪਾ ਅੱਜ ਵੀ ਯਾਦ ਕਰ ਰਹੇ ਹਾਂ ਸੋ ਇਮੀਗ੍ਰੇਸ਼ਨ ਦਾ ਜਿਹੜਾ ਮਤਾ ਫੇਰ ਪਖ ਰਿਹਾ ਆ ਕਿਉਂਕਿ ਆਪਣੀ ਕਾਫੀ ਵਾਰੀ ਡਾਕਟਰ ਸਾਹਿਬ ਗੱਲ ਹੋਈ ਹੈ ਤੇ ਜਦੋਂ ਕਮਿਊਨਿਟੀਜ਼ ਗੱਲ ਵੀ ਹੁੰਦੀ ਹੈ ਸੋ ਲੋਕੀ ਇੱਕੋ ਦਮ ਮਤਲਬ ਗੱਲਾਂ ਕਰਨ ਲੱਗ ਪਏ ਥੋੜਾ ਸੀ ਜੇ ਬੂ ਆ ਇਹਨਾਂ ਨੇ ਜ਼ਿਆਦਾ ਹੀ ਖੋਲਤਾ ਤੇ ਟੂ ਮਨੀ ਸਟੂਡੈਂਟਸ ਟੂ ਮਨੀ ਇਮੀਗ੍ਰੈਂਟਸ ਆ ਗਏ ਤੇ ਇੱਕ ਪਾਸੇ ਉਹਨਾਂ ਦੀ ਗੱਲ ਥੋੜੀ ਜੀ ਵੈਲਿਡ ਵੀ ਹੈ ਉਹਦਾ ਰੀਜ਼ਨ ਇਹ ਹੈ ਕਿ ਇਨਫਰਾਸਟ੍ਰਕਚਰ ਨਹੀਂ ਹੈਗੀ ਡਾਕਟਰ ਸਾਹਿਬ ਇਮੀਗ੍ਰੈਂਟਸ ਦੀ ਦਾ ਲੋਡ ਹੈਗੀ ਹੈ ਕਿਉਂਕਿ ਦੇ ਬਰਥ ਰੇਟ ਲੋ ਹੈਗਾ ਆ ਆਪਣੇ ਜਿਹੜਾ ਹੁਣ ਥੋੜਾ ਜਿਹਾ ਇਨਫਲੇਸ਼ਨ ਕਰਕੇ ਥੋੜਾ ਵਰਕ ਸਲੋ ਡਾਊਨ ਹੋਏ ਹੈ ਨਹੀਂ ਦਾ ਵਰਕਰ ਦੀ ਸ਼ੋਰਟੇਜ ਹੋ ਗਈ ਸੀ ਸੋ ਇਹ ਜਿਹੜਾ ਹੁਣ ਮੁੱਦਾ ਆ ਹੁਣ ਪਬਲਿਕ ਇੱਕ ਇਹਦੇ ਬਾਰੇ ਆਊਟ ਕਰਾਈ ਜਾ ਡਾਕਟਰ ਸਾਹਿਬ ਦੂਜੀ ਰੈਫਿਊਜੀਜ਼ ਬਾਰੇ ਕਿਉਂਕਿ ਜਿਹੜੇ ਯੂਕਰੇਨ ਤੋਂ ਯਾ ਬਾਕੀ ਸੀਰੀਆ ਵਗੈਰਾ ਤੋਂ ਵੀ ਵੀਗਰੇ ਆਏ ਸੀਗੇ ਉਹ ਕਹਿੰਦੇ ਵੀ ਆਪਣੇ ਜਿਹੜੇ ਕੰਟਰੀ ਦੇ ਮੁੱਦੇ ਆ ਉਹਨਾਂ ਦੇ ਜਿਹੜਾ ਪ੍ਰੈਸ਼ਰ ਆ ਉਹਦੇ ਬਾਰੇ ਗੱਲਬਾਤ ਨਹੀਂ ਕਰਦੇ ਤੇ ਇਹ ਬਾਹਰੋਂ ਲੋਕੀ ਹੋਰ ਲਿਆ ਰਹੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਇਹ ਜਨ ਅਸੀਂ ਲੋਕ ਜਿਹੜੇ ਨਾ ਸਾਰੇ ਅਸੀਂ ਅਸੀਂ ਜਦੋਂ ਆਪਾਂ ਉਹਨਾਂ ਵਿੱਚੋਂ ਹੀ ਆ ਸਾਰਿਆਂ ਵਿੱਚੋਂ ਹਾਂਜੀ ਸਾਨੂੰ ਚਾਹੀਦਾ ਹੈ ਕਿ ਹਰ ਚੀਜ਼ ਨੂੰ ਥੋੜੇ ਜਿ ਖੁੱਲੇ ਦਿਮਾਗ ਨਾਲ ਸੋਚੀਏ ਤੇ ਦਿਲ ਵੱਡਾ ਕਰਨ ਦੀ ਜ਼ਰੂਰਤ ਹੈ ਦਿਲ ਵੱਡਾ ਇਸ ਕਰਕੇ ਕਰਨ ਦੀ ਜ਼ਰੂਰਤ ਹੈ ਜਦੋਂ ਤੁਹਾਨੂੰ ਜ਼ਰੂਰਤ ਹੈ ਜਾਂ ਕਿਸੇ ਇੱਕ ਸਿੰਗਲ ਕਮਿਊਨਿਟੀ ਨੂੰ ਮੈਂ ਤੁਹਾਡਾ ਪਹਿਲਾਂ ਐਕਸਪਲੇਨ ਕਰ ਚੁੱਕਾ ਵੀ 88 ਚ ਕੀ ਹੋਇਆ ਸੀ ਯੈਸ ਸੋ ਉਸ ਸਮੇਂ ਦੇ ਵਿੱਚ ਜਦੋਂ ਸਾਡੇ ਲੋਕਾਂ ਨੂੰ ਜ਼ਰੂਰਤ ਹੈ ਉਦੋਂ ਸਾਰਾ ਕੁਝ ਠੀਕ ਹੈ ਜੇ ਕੋਈ ਹੋਰ ਨੂੰ ਗਵਾਂਡੀ ਨੂੰ ਜ਼ਰੂਰਤੇ ਫਿਰ ਕਹਿਣਾ ਬਈ ਠੀਕ ਨਹੀਂ ਹੈਗਾ ਸੋ ਕਈ ਮੁੱਦੇ ਜਿਹੜੇ ਨੇ ਨਾ ਇਹ ਸਾਨੂੰ ਸੋਚਨੇ ਪੈਣੇ ਨੇ ਪਰ ਜਿਹੜੀ ਜਿਹੜੀ ਕੈਨੇਡਾ ਦੀ ਜਿਹੜੀ ਗਰੋਥ ਵਾਸਤੇ ਇਮੀਗ੍ਰੇਸ਼ਨ ਬੜੀ ਇੰਪੋਰਟੈਂਟ ਏ ਇਕਨੋਮਿਕ ਡਰਾਈਵਰ ਏ ਬਹੁਤ ਵੱਡਾ ਇਹਦੇ ਨਾਲ ਪਿਛਲੇ ਮੇਰੇ ਖਿਆਲ ਚ ਜਿੰਨਾ ਇਹਨਾਂ ਨੂੰ ਸਟੂਡੈਂਟ ਦੇ ਆਉਣ ਨਾਲ ਫਾਇਦਾ ਹੁੰਦਾ ਉਹਨਾਂ ਤੇ ਸੌਫਟਵੇਅਰ ਲੰਬਰ ਵੇਚਣ ਨਾਲ ਨਹੀਂ ਫਾਇਦਾ ਹੁੰਦਾ ਸੋ ਬੜਾ ਵੱਡਾ ਇਹ ਬੜੀ ਜ਼ਰੂਰਤ ਸੀ ਇੱਕ ਟਾਈਮ ਦੇ ਵਿੱਚ ਹੁਣ ਪਾਪੂਲੇਸ਼ਨ ਵੱਧ ਗਈ ਹੁਣ 40 ਮਿਲੀਅਨ ਕਰਾਸ ਕਰ ਗਏ ਪਰ ਆਈ ਥਿੰਕ ਜਿਹੜਾ ਮੇਨ ਮੇਰੇ ਸਾਬ ਨਾਲ ਜਿਹੜੀ ਚੀਜ਼ ਮੈਂ ਨੋਟ ਕੀਤੀ ਹੋਵੇਗਾ ਵੀ ਜਿਹੜੇ ਸਟੂਡੈਂਟ ਤੇ ਆਉਣੇ ਤੇ ਉਹਨਾਂ ਦੇ ਨਾਲ ਜਿਹੜਾ ਨਾ ਅੱਗੋਂ ਇਨਫਰਾਸਟ੍ਰਕਚਰ ਜਿਹੜਾ ਥੋੜਾ ਜਿਹਾ ਸਲੋ ਹੋ ਗਿਆ ਉਹਦੇ ਨਾਲ ਮੁਸ਼ਕਲ ਆ ਰਹੀ ਹੈ ਪਰ ਜਿਹੜਾ ਆਉਣ ਵਾਲਾ ਸਮਾਂ ਠੀਕ ਹੋ ਜਾਏਗਾ ਇਹੋ ਜੀ ਕੋਈ ਗੱਲ ਨਹੀਂ ਵੀ ਕੋਈ ਸੁਧਾਰ ਨਹੀਂ ਹੋ ਸਕਦਾ ਜਿੱਥੇ ਵੀ ਕੋਈ ਮੁਸ਼ਕਲ ਹੈ ਉਹਨਾਂ ਨੂੰ ਉਹਦੇ ਬਾਰੇ ਗੱਲ ਕਰਨੀ ਪੈਣੀ ਹਰ ਇੱਕ ਸੋ ਹਸਪੀਟਲ ਦੀ ਜ਼ਰੂਰਤ ਹੈ ਸਕੂਲ ਦੀ ਜ਼ਰੂਰਤ ਹੈ ਰੋਡਸ ਦੀਆਂ ਕਈ ਗੱਲਾਂ ਦਾ ਜਿਹੜਾ ਨਾ ਕੰਮ ਤੁਹਾਨੂੰ ਤੁਹਾਨੂੰ ਪਤਾ ਵੀ ਜ਼ਰੂਰਤ ਪੈਣੀ ਹੈ ਇਹਨਾਂ ਗੱਲਾਂ ਦੀ ਪਰ ਇਹ ਇਹ ਟਾਈਮ ਟੂ ਟਾਈਮ ਜਿਹੜੇ ਟੈਸਟ ਹੁੰਦੇ ਨੇ ਇਸ ਟੈਸਟ ਦੇ ਵਿੱਚੋਂ ਤੁਹਾਨੂੰ ਸਰਕਾਰ ਨੂੰ ਖੜੇ ਹੋਣਾ ਪੈਂਦਾ ਦੱਸਣਾ ਪੈਂਦਾ ਵੀ ਉਹਨਾਂ ਨੇ ਐਡਮਿਟ ਕੀਤਾ ਕਿ ਮੁਸ਼ਕਲ ਹੈਗੀ ਸਾਰਿਆਂ ਨੂੰ ਪਤਾ ਵੀ ਜਿਹੜਾ ਦੁਨੀਆ ਦੇ ਵਿੱਚ ਇੱਥੇ ਜੋ ਇਕਨੋਮਿਕ ਕੰਡੀਸ਼ਨ ਹੈ ਕਲੀ ਕੈਨੇਡਾ ਵਿੱਚ ਤੇ ਹੈ ਨਹੀਂ ਜੀ 7 ਕੰਟਰੀਆਂ ਸਾਰਿਆਂ ਦੇ ਵਿੱਚੋਂ ਅਸੀਂ ਫਿਰ ਵੀ ਬਹੁਤ ਚੰਗੀ ਜਗ੍ਹਾ ਤੇ ਬੈਠੇ ਆਂ ਪਰ 100% ਤੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕੋਈ ਆਈਸੋਲੇਸ਼ਨ ਵਿੱਚ ਤੇ ਨਹੀਂ ਰਹਿ ਸਕਦੇ ਤੁਸੀਂ ਇਹ ਸੋਚੋ ਕਿ ਤੁਸੀਂ ਉਹਦੇ ਜੀ7 ਦੇ ਮੈਂਬਰ ਹੋ ਬਾਕੀ ਨੈਟੋ ਦੇ ਮੈਂਬਰ ਹੋ ਤੇ ਜੇ ਉਹਨਾਂ ਨੈਟੋ ਦੇ ਮੈਂਬਰ ਤੇ ਕੋਈ ਅਟੈਕ ਕਰਦਾ ਤੇ ਤੁਸੀਂ ਕਹੋ ਵੀ ਅਸੀਂ ਉਹਨੂੰ ਸਪੋਰਟ ਨਹੀਂ ਕਰਨੀ ਪੈਸੇ ਬੜੇ ਜਾ ਰਹੇ ਨੇ ਜਾਂ ਜੇ ਉੱਥੋਂ ਬੰਦੇ ਆ ਰਹੇ ਨੇ ਇਮੀਗ੍ਰੇਸ਼ਨ ਲੈ ਕੇ ਉਹ ਠੀਕ ਨਹੀਂ ਆਗੇ ਇਹ ਗੱਲਾਂ ਸਾਰੀਆਂ ਸੋ ਇੰਟਰਨੈਸ਼ਨਲ ਜਿਹੜੀਆਂ ਟਰੀਟੀਆਂ ਐ ਜਾਂ ਜਿਹੜੇ ਰਿਲੇਸ਼ਨਸ਼ਿਪ ਐ ਬੀਇੰਗ ਅ ਜੀ7 ਕੰਟਰੀ ਜਿਵੇਂ ਤੁਸੀਂ ਕਿਹਾ ਇਹਨਾਂ ਨੂੰ ਆਪਦਾ ਹਿੱਸਾ ਪਾਉਣਾ ਪੈਂਦਾ ਦੇਖੋ ਜਿਹੜੀ ਆਬਲੀਗੇਸ਼ਨ ਇਹ ਨਹੀਂ ਹੋ ਸਕਦਾ ਵੀ ਤੁਸੀਂ ਕਹੋ ਵੀ ਆਪਾਂ ਕਿਸੇ ਪਾਰਟੀ ਤੇ ਗਏ ਆ ਤੇ ਉੱਥੇ ਬਹਿ ਕੇ ਤੇ ਖਾ ਪੀ ਕੇ ਤੇ ਜਦੋਂ ਬਿੱਲ ਦੇਣ ਦੀ ਵਾਰੀ ਆਣੀ ਵਾਸ਼ਰੂਮ ਚਲੇ ਜਾਓ ਇਹ ਤੇ ਨਹੀਂ ਨਾ ਕੰਮ ਹੋਣਾ ਜੇ ਉੱਥੇ ਬੰਮ ਚੱਲਦੇ ਪਏ ਨੇ ਬੰਦਿਆਂ ਨੂੰ ਲਿਆਉਣ ਦੀ ਜ਼ਰੂਰਤ ਹੈ ਤੁਹਾਨੂੰ ਉਹਨਾਂ ਦੀ ਹੈਲਪ ਕਰਨੀ ਪੈਣੀ ਹੈ ਤੁਹਾਨੂੰ ਹਰ ਤਰੀਕੇ ਨਾਲ ਸਪੋਰਟ ਕਰਨੀ ਪੈਣੀ ਹੈ ਤੇ ਜਦੋਂ ਸਪੋਰਟ ਕਰਦੇ ਪਏ ਉਹ ਸਪੋਰਟ ਤੁਸੀਂ ਕਿਸੇ ਖੋ ਕੇ ਤੇ ਨਹੀਂ ਕਰਦੇ ਪਏ ਉਹ ਨੇਚਰਲੀ ਹਰ ਕੰਟਰੀ ਨੂੰ ਟਾਈਮ ਟੂ ਟ੍ਰਾਈ ਪੈਂਦੀ ਹੈ ਜ਼ਰੂਰ ਤੇ ਪਹਿਲਾਂ ਪਹਿਲਾਂ ਜਿਹੜੀਆਂ ਹੋਰ ਮੀਡਲ ਈਸਟ ਜਿਹੜੀਆਂ ਯੂਰਪ ਦੀ ਕੰਟਰੀ ਹੈ ਉਹਨਾਂ ਨੂੰ ਜ਼ਰੂਰਤ ਪਈ ਸੀ ਯੂਕਰੇਨ ਦੀ ਸਰ ਗਵਰਨਮੈਂਟ ਨੇ ਸਪੋਰਟ ਕਰਨੀ ਕਰਨੀ ਹੈ ਜਦੋਂ ਹੁਣ ਉਹਨਾਂ ਦੀ ਉਹਨਾਂ ਦੀ ਸਾਈਜ਼ੇਬਲ ਪੋਪੂਲੇਸ਼ਨ ਹੈ ਉਹਨਾਂ ਦੀ ਪਿਛਲੇ 70-80 ਸਾਲ ਤੋਂ a very significant contribution ਹੈ ਜਿਹੜੇ ਪ੍ਰੇਰੀ ਪ੍ਰੋਵਿੰਸ ਵਿੱਚ ਨੇ ਉਹਨਾਂ ਨੂੰ ਪਤਾ ਵਿਗਸ 스ਕੈਚੂਨ ਮੈਨੀਟੋਬਾ ਦੇ ਅਲਬਰਟਾ ਦੇ ਵਿੱਚ ਕਿੰਨੀ ਉਹਨਾਂ ਦੀ ਆਬਾਦੀ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਫਾਰਮਿੰਗ ਕੀਤੀ ਸਟੈਬਲਿਸ਼ ਕੀਤਾ ਸਾਰਾ ਕੁਝ ਕੀਤਾ ਉਹਨਾਂ ਨੇ ਕੀਤਾ ਉਸੇ ਕਮਿਊਨਿਟੀ ਨੇ ਕੀਤਾ ਤੇ ਜੇ ਉਸ ਕਮਿਊਨਿਟੀ ਦੇ ਹੁਣ ਮੁਸ਼ਕਲ ਆਈ ਹੈ ਤੇ ਕੋਈ ਇਹ ਕੰਮ ਖਰਾਬ ਹੈ ਇਹ ਵੀ ਗੱਲ ਗਲਤ ਹੈ ਦੂਸਰਾ ਜਿਹੜਾ ਨਾ ਜਿਹੜਾ ਅਸੀਂ ਕਹਿੰਦੇ ਆ ਵੀ ਰਿਫਿਊਜੀ ਤੇ ਹਰ ਸਾਲ ਜਦੋਂ ਦਾ ਕੈਨੇਡਾ ਬਣਿਆ 40-50 ਹਜ਼ਾਰ ਆਉਂਦੇ ਸੀ ਉਹ ਹਾਈਲਾਈਟ ਥੋੜੇ ਜਿਹਾ ਜ਼ਿਆਦਾ ਹੋ ਗਏ ਉਹਦੇ ਨਾਲ ਲੋਕਾਂ ਨੂੰ ਫਿਕਰ ਪੈ ਗਿਆ ਪਰ ਨੇਚਰਲੀ ਦੇ ਕੋਈ ਕਨਫਲਿਕਟ ਵੀ ਡਾਕਟਰ ਸਾਹਿਬ ਵਧ ਗਏ ਨੇ ਦੁਨੀਆ ਦੇ ਵਿੱਚ ਦੇਖੋ ਦੁਨੀਆ ਦੇ ਵਿੱਚ ਪਹਿਲਾਂ ਤਨੀ ਸੀ ਇੱਕ ਲੜਾਈ ਤੇ ਨਹੀਂ ਸੀ ਪਹਿਲਾਂ ਦੋ ਲੜਾਈਆਂ ਨਹੀਂ ਸੀ ਆਗੀਆਂ ਫਾਈਟ ਹੋ ਗਈ ਸ਼ੁਰੂ ਫਿਰ ਯੂਕਰੇਨ ਦੀ ਆ ਗਈ ਬਾਅਦ ਵਿੱਚ ਇਜ਼ਰਾਈਲ ਤੇ ਗਾਜ਼ਾ ਦੀ ਸ਼ੁਰੂ ਹੋ ਗਿਆ ਜਿਹੜਾ ਬੜਾ ਵੱਡਾ ਕਨਫਲਿਕਟ ਤੇ ਕਿੰਨੇ ਲੋਕ ਮਰਦੇ ਪਏ ਨੇ ਤੁਸੀਂ ਕਿਸੇ ਜਿਹਨਾਂ ਨੇ ਸ਼ੁਰੂ ਕੀਤਾ ਉਹਨਾਂ ਵੀ ਮੁਸ਼ਕਲ ਦੇ ਵਿੱਚ ਆਇਆ ਹੁਣ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਨੇ ਇੰਨਾ ਕੰਮ ਖਰਾਬ ਕੀਤਾ ਹਮਾਸ ਨੇ ਜਸ ਜਸ ਕਿੰਨਾ ਉਹਨਾਂ ਨੇ ਕਿੰਨਾ ਸੋ ਵਨ ਸਾਈਡਡ ਨਹੀਂ ਹੈਗਾ ਹਮਾਸ ਨੇ ਪਹਿਲਾ ਅਟੈਕ ਕੀਤਾ ਇਹ ਜਿਹੜਾ ਨਾ ਜੇ ਤੁਸੀਂ ਕਹੋ ਨਾ ਵੀ ਇੱਕੋ ਪਾਸੇ ਦਾ قصور ہے ਪਰ ਇੱਕ ਲਿਮਿਟ ਹੁੰਦੀ ਹੈ ਵੀ ਤੁਸੀਂ ਜਦੋਂ ਤੁਹਾਨੂੰ ਇੰਟਰਨੈਸ਼ਨਲ 100 ਮੇਰੇ ਕਾਲ 143 ਮੁਲ ਕਹ ਰਹੇ ਨੇ ਵੀ ਹੁਣ ਬੈਠ ਜੋ ਠੰਡੇ ਦਿਮਾਗ ਨਾਲ ਗੱਲਬਾਤ ਕਰੋ ਤੇ ਇਸ ਚੀਜ਼ ਨੂੰ ਸੋਲਵ ਕਰਨਾ ਪੈਣਾ ਗਵਰਨਮੈਂਟ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਆਇਆ ਸੀ ਉਸ ਮਤੇ ਨੂੰ ਇਹਨਾਂ ਨੇ ਪਾਸ ਕੀਤਾ ਵੀ ਜਿਹੜੀ ਜਿਹੜਾ ਕੈਂਡੀਡੇਟ ਦਾ ਰੋਲ ਹੈ ਨਾ ਉਹ ਹੈਗਾ ਪੀਸ ਮੇਕਰ ਦਾ ਇੱਕ ਸਾਈਟ ਤੇ ਨਹੀਂ ਜਾ ਸਕਦੇ ਕਿਉਂਕਿ ਬਾਕੀ ਹੈਗਾ ਵੀ ਜੇ ਤੁਸੀਂ ਇੱਕ ਪਰਿਵਾਰ ਦੇ ਵਿੱਚ ਇੱਕ ਜਿਹੜੀ ਇੱਕ ਕਮਿਊਨਿਟੀ ਆਫ ਕੰਟਰੀਜ਼ ਨਾਲ ਕੰਮ ਕਰਦੇ ਪਿਓ ਤੇ ਤੁਸੀਂ ਉਹਨਾਂ ਤੋਂ ਬਾਹਰ ਜਾ ਕੇ ਤੁਸੀਂ ਨਾ ਕੰਮ ਕਰ ਸਕਦੇ ਤੁਹਾਨੂੰ ਗਿਵਨ ਟੈਗ ਤੁਹਾਨੂੰ ਕਰਨਾ ਪੈਂਦਾ ਤੁਹਾਨੂੰ ਕੁਝ ਕੁਝ ਤੁਹਾਨੂੰ ਚੇਂਜ ਕਰਨਾ ਪੈਣਾ ਕੁਝ ਬੈਂਡ ਕਰਨਾ ਪੈਣਾ ਕੋਈ ਤੁਹਾਨੂੰ ਪਿੱਛੇ ਨੈਗੋਸ਼ੀਏਸ਼ਨ ਕਰਨੀ ਪੈਣੀ ਹੈ ਦਰਵਾਜਾ ਤੇ ਨਹੀਂ ਨਾ ਬੰਦ ਕਰ ਸਕਦੇ ਹੁਣ ਜਿਸ ਤਰੀਕੇ ਨਾਲ ਗਵਰਨਮੈਂਟ ਆਫ ਕੈਨੇਡਾ ਦੀ ਪ੍ਰੈਜ਼ੈਂਸ ਸੇ ਉਥੇ ਮਿਡਲ ਈਸਟ ਦੇ ਵਿੱਚ ਜਿਸੇ ਸਾਹਿਬ ਨੇ ਨਾ ਪਾਰਟਿਸਪੇਸ਼ਨ ਕੀਤੀ ਹੈ ਇਹਨਾਂ ਦਾ ਬਹੁਤ ਆਉਣ ਵਾਲੇ ਸਮੇਂ ਵਿੱਚ ਬੜਾ ਚੰਗਾ ਰੋਲ ਹੋਣਾ ਤੋਂ ਉਸ ਰੋਲ ਨੂੰ ਅਬੈਂਡਨ ਨਹੀਂ ਨਾ ਕਰ ਸਕਦੇ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੇ ਹੁਣ 7 ਅਕਤੂਬਰ ਨੂੰ ਜਿਹੜਾ ਅਟੈਕ ਹੋਇਆ ਸੀ ਉਹਨੂੰ ਤੁਸੀਂ ਇਗਨੋਰ ਕਿਉਂ ਕਰ ਰਹੇ ਉਗਨੋ ਨਹੀਂ ਨਾ ਕਰ ਸਕਦੇ ਟਰੂ ਪਰ ਨਾਲ ਜੇ ਤੁਸੀਂ 31 ਜਾਂ 35 ਹਜ਼ਾਰ ਬੰਦੇ ਮਰੀ ਮਰ ਗਏ ਨੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਖਾਣ ਪੀਣ ਦੀ ਪ੍ਰੋਬਲਮ ਆ ਰਹੀ ਹੈ ਦਰਵਾਜ਼ੇ ਸਾਰੇ ਬੰਦ ਹੋ ਗਏ ਨੇ ਰਸਤੇ ਸਾਰੇ ਬੰਦ ਹੋ ਗਏ ਨੇ ਜਦੋਂ ਸਾਰਾ ਸਿਸਟਮ ਹੀ ਤੁਸੀਂ ਬੰਦ ਕਰਤਾ ਤੇ ਫਿਰ ਫਿਰ ਕਿਸ ਤਰ੍ਹਾਂ ਗੱਲ ਹੋਣੀ ਹੈ ਕਿਸੇ ਨਾ ਕਿਸੇ ਪਾਸੇ ਤੇ ਗੱਲ ਤੁਹਾਨੂੰ ਫੈਸਲਾ ਕਰਨਾ ਹੀ ਪੈਣਾ ਨਾ ਇਹ ਤੇ ਨਹੀਂ ਕਹਿ ਸਕਦੇ ਵੀ ਇਹ ਤੁਹਾਡੀ ਪ੍ਰੋਬਲਮ ਹੈ ਇਹ ਵੀ ਤੁਹਾਡੀ ਪ੍ਰੋਬਲਮ ਹੈ ਇਹ ਵੀ ਤੁਹਾਡੀ ਹੈ ਇਹ ਗੱਲ ਨਹੀਂ ਬੰਨੀ ਹੈ ਸਰਾ ਦੁਨੀਆ ਦੇ ਵਿੱਚ ਇੰਨੇ ਮੁਲਕ ਨੇ ਸਾਰੇ ਵਾਚ ਕਰਦੇ ਪਏ ਨੇ ਕੈਨੇਡਾ ਕੈਨੇਡਾ ਤੇ ਇੱਕ ਕੰਟਰੀ ਹੈ ਇਹਨਾਂ ਦੇ ਪਾਰਟਨਰਸ ਨੇ ਬਾਕੀ ਨੈਟੋ ਯੂਐਸ ਉਸ ਇਲਾਕੇ ਦੇ ਵਿੱਚ ਜਿਹੜੇ ਗੁਆਂਢੀ ਮੁਲਕ ਨੇ ਯੈਸ ਉਹਨਾਂ ਦਾ ਰੋਲ ਬੰਦਾ ਬੜਾ ਏਜੀਪਟ ਦਾ ਬਾਕੀ ਸਾਰਿਆਂ ਦਾ ਰੋਲ ਬੰਦਾ ਸੋ ਆਪਾਂ ਜਿਹੜਾ ਕੇਵਾਰੀ ਹੁੰਦਾ ਵੀ ਸਾਰੀ ਜ਼ਿੰਮੇਵਾਰੀ ਵੀ ਨਿਚਕਣ ਦੀ ਜ਼ਰੂਰਤ ਜਿਹੜਾ ਕੈਨੇਡਾ ਦਾ ਹਿੱਸਾ ਅਦਾ ਕਰਨਾ ਚਾਹੀਦਾ ਪੀਸ ਮੇਕਰ ਨੇਸ਼ਨ ਹੈ ਇਹਨੂੰ ਪੀਸ ਮੇਕਰ ਦੇ ਤਰੀਕਿਆਂ ਨਾਲ ਕੰਮ ਕਰਨਾ ਚਾਹੁੰਦੇ ਨੇ ਬੜਾ ਸੋਹਣਾ ਸਟੈਂਡ ਲਿਆ ਰਣ ਇਨਾ ਚੰਗੇ ਤਰੀਕੇ ਨਾਲ ਟਫ ਸਟੈਂਡ ਪਰ ਨਾਲ ਨਾਲ ਇਹ ਵੀ ਰਸਤਾ ਵੀ ਦਿਖਾਇਆ ਵੀ ਇਹ ਰਸਤਾ ਜਿਹੜਾ ਨਾ ਇਹ ਸਿੱਧਾ ਨਹੀਂ ਹੈਗਾ ਇਹਨੂੰ ਟੇਢਾ ਥੋੜਾ ਜਿਹਾ ਇਹਨੂੰ ਠੀਕ ਕਰਨਾ ਪੈਣਾ ਤੇ ਜਿੰਨੀ ਦੇਰ ਤੱਕ ਲੋਕਲ ਕੰਟਰੀਜ਼ ਵਾਲੇ ਨਹੀਂ ਉੱਥੇ ਕੋਆਪਰੇਟ ਕਰਦੇ ਉਨੀ ਦੇਰ ਤੱਕ ਗੱਲ ਨਹੀਂ ਜਿੰਨੀ ਦੇਰ ਤੱਕ ਜਿਹੜਾ ਸਾਡਾ ਗਵਾਂਢੀ ਮੁਲਕ ਇਹ ਕਿਸੇ ਪਾਸੇ ਫੈਸਲਾ ਖੁੱਲ ਕੇ ਨਹੀਂ ਕਰਦੇ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਕਿਉਂਕਿ ਜਿਹੜਾ ਸਿਸਟਮ ਹੈ ਨਾ ਆਲ ਆਫ ਅ ਸੱਡਨ ਤੁਸੀਂ ਨਹੀਂ ਬਦਲ ਸਕਦੇ ਤੁਸੀਂ ਕੋਈ ਮੈਸੇਜ ਹੈ ਦਾ ਮੈਂ 20 ਸਾਲ ਦੋਸਰਿਆਂ ਤੇ ਉਸ ਸੀ ਜੀ ਨੂੰ ਪ੍ਰੋਬਲਮ ਆ ਗਈ ਤੇ ਹੁਣ ਕਹੋ ਵੀ ਪਿੱਠ ਤੱਕ ਆ ਕੇ ਭਜੋ ਤੇ ਉਹ ਗੱਲ ਨਹੀਂ ਮੰਨੀ ਸੋ ਡਾਕਟਰ ਸਾਹਿਬ ਆਪਣੇ ਕਾਫੀ ਮੁੱਦੇ ਅੱਜ ਆਪਾਂ ਕਰਨੇ ਆ ਫੈਡਰਲ ਗਵਰਨਮੈਂਟ ਤੇ ਜੋ ਨਾਨ ਕਨਫੀਡੈਂਸ ਬੋਰਡ ਦੀ ਗੱਲ ਕਰ ਲਈਏ ਜਾਂ ਜਿਵੇਂ ਮਿਸਟਰ ਪੋਲੀਵਰ ਲੀਡਰ ਆਫ ਆਪੋਜੀਸ਼ਨ ਆਫ ਕਨਜ਼ਰਵੇਟਿਵ ਪਾਰਟੀ ਇਸ ਕੀਪ ਔਨ ਸੇਇੰਗ ਇਟਸ ਅ ਕਾਰਬਨ ਟੈਕਸ ਇਲੈਕਸ਼ਨ ਐਂਡ ਬਟ ਇੱਕ ਪਾਸੇ ਆਪਾਂ এনਵਾਇਰਨਮੈਂਟ ਨੂੰ ਬਚਾ ਕੇ ਰੱਖਣਾ ਦੂਜੇ ਪਾਸੇ ਜਿਹੜਾ ਹੈਗਾ ਹੈ ਇਲੈਕਸ਼ਨ ਦੇ ਵਿੱਚ ਜਦੋਂ ਗੁੱਡੀਜ਼ ਲੋਕੀ ਥ्रो ਕਰਦੇ ਆ ਐਂਡ ਜੇ ਆਪਾਂ ਨੈਸ਼ਨਲ ਪੋਲਸ ਦੇਖੀਏ ਤਾਂ ਲਿਬਰਲ ਪਾਰਟੀ ਕਾਫੀ ਥੱਲੇ ਜਾ ਰਹੀ ਹੈ ਥੋੜਾ ਬਹੁਤ ਜ਼ਿਆਦਾ ਪਾਰਟੀ ਨਾਲ ਵਾਸਤਾ ਰਿਹਾ ਵੁਡ ਯੂ ਥਿੰਕ ਇਜ਼ ਹੈਪਨਿੰਗ ਹਾਲਾਂਕਿ ਇਹ ਐਂਡੀਪੀ ਨਾਲ ਰਲ ਕੇ ਕੰਮ ਕਰ ਰਹੇ ਆ ਤੇ ਕਾਫੀ ਚੰਗੇ ਕੰਮ ਹੋ ਰਹੇ ਆ ਪਰ ਇਹਦਾ ਕੀ ਰੀਜ਼ਨ ਹੈ ਇਜ਼ ਮੈਸੇਜਿੰਗ ਇਜ਼ ਨਾਟ ਗੋਇੰਗ ਆਊਟ ਵਾਈ ਦੇ ਆਰ ਸਟਰਗਲਿੰਗ ਸੀ ਜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਆਂ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਪੂਰੇ ਹੋ ਗਏ ਨੇ ਉਹਨਾਂ ਨੇ ਜਦੋਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀ 19% ਦੇ ਵੈਸਾਂ ਤੇ ਉਹ ਸਤ ਤੋਂ ਵੱਡੀ ਮੈਜੋਰਟੀ ਕੈਨੇਡਾ ਵਿੱਚ ਉਹਨਾਂ ਨੇ ਬਣਾਈ ਸੀ ਸੋ ਜਿਹੜੇ ਪੋਲ ਨੇ ਨਾ ਫਲਕਚੂਏਟ ਕਰਦੇ ਹੁੰਦੇ ਨੇ 25% ਦਾ ਸਮਝ ਲਾ ਲਓ ਵੀ ਇਹ 7 ਪੁਆਇੰਟ ਇਧਰ ਉਧਰ ਹੋ ਜਾਂਦੇ ਗਏ ਇਹ ਜਿਹੜੀਆਂ ਗੱਲਾਂ ਨੇ ਨਾ ਕਿਉਂਕਿ ਫੋਕਸ ਸਾਰਾ ਕਰ ਲਿਆ ਲੋਕੀ ਮੁਸ਼ਕਲ ਵਿੱਚ ਫਸੇ ਨੇ ਲੋਕਾਂ ਨੂੰ ਥੋੜਾ ਜਿਹਾ ਜਿਹੜਾ ਮੈਸੇਜ ਹੈ ਨਾ ਉਹ ਗਰਬੜ ਹੋ ਗਈ ਤੇ ਹੁਣ ਮੈਸੇਜ ਇਹਨਾਂ ਨੂੰ ਠੀਕ ਕਰਨਾ ਪੈਣਾ ਕਰਦੇ ਪਏ ਨੇ ਕਿਉਂਕਿ ਇਹਦੇ ਹੈ ਨਹੀਂ ਵੀ ਤੁਸੀਂ ਕੋਈ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕੋਈ ਆਈਸੋਲੇਸ਼ਨ ਵਿੱਚ ਤੇ ਗੱਲ ਨਹੀਂ ਹੈਗੀ ਜਿਹੜੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਉਸ ਸਮੇਂ ਦੇ ਸਮੇਂ ਦੇ ਵਿੱਚ ਐਸਿਡ ਰੇਨ ਬਾਰੇ ਸਭ ਤੋਂ ਵਧੀਆ ਕੰਮ ਕੀਤਾ ਕਿ ਨਹੀਂ ਕੀਤਾ ਕਿੰਨਾ ਯਾਦ ਕਰਦੇ ਹਨ ਪਰ ਉਸ ਸਮੇਂ ਤੇ ਵੀ ਥੋੜੀ-ਬੋਤੀ ਆਪੋਜੀਸ਼ਨ ਸੀ ਪਰ ਨੇਚਰਲੀ ਜਦੋਂ ਵੀ ਤੁਸੀਂ ਵਾਤਾਵਰਣ ਬਾਰੇ ਗੱਲ ਕਰਨੀ ਹੈ ਬਾਰਡਰ ਕਰਾਸ ਕਰਕੇ ਤੇ ਨਹੀਂ ਤੁਸੀਂ ਵਾਤਾਵਰਣ ਬਾਰੇ ਗੱਲ ਕਰ ਸਕਦੇ ਹਵਾ ਤੇ ਸਾਂਝੀ ਹੈ ਪਾਣੀ ਸਾਜਾ ਹਵਾ ਸਾਜਾ ਜਿਹੜਾ ਜੋ ਵੀ ਜਿਸ ਹਿਸਾਬ ਨਾਲ ਜਿਹੜੇ ਕਾਰਬਨ ਇਹਦੇ ਐਮਿਸ਼ਨਸ ਹੋਏ ਨੇ ਉਹ ਤੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਕੀਤਾ ਹੌਲੀ ਹੌਲੀ ਇਹ ਸਾਰਿਆਂ ਨੂੰ ਉਸ ਚੀਜ਼ ਬਾਰੇ ਕਰਨਾ ਪੈਣਾ ਜਿਹੜੇ ਹੁਣ ਦੂਸਰੇ ਕੰਟਰੀ ਨੇ ਉਹ ਪਤਾ ਹੈ ਕਹਿੰਦੇ ਨੇ ਫਿਰ ਤੁਸੀਂ ਤਾਂ ਪਹਿਲਾਂ ਆਪਣੇ ਆਪ ਨੂੰ ਡਿਵੈਲਪ ਕਰਕੇ ਸਾਰੀ ਮੈਸ ਬਣਾਤੀ ਹੁਣ ਸਾਨੂੰ ਕਹਿ ਰਹੇ ਤੂੰ ਠੀਕ ਕਰੋ ਸੋ ਇਹ ਇਹ ਜਿਹੜਾ ਨਾ ਇਸ ਚੀਜ਼ ਨੂੰ ਜਿਹੜਾ ਕਾਰਬਨ ਟੈਕਸ ਦਾ ਜਿਹੜਾ ਰੀਬੇਟ ਹੈ ਉਹਨੂੰ ਉਹਦਾ ਜਿਹੜੀ ਲੈਂਗੁਏਜ ਨੇ ਉਹਨਾਂ ਨੇ ਮੋਡੀਫਾਈ ਇਹਨਾਂ ਨੇ ਕੀਤਾ ਹੁਣ ਜਿਹੜੇ ਮੈਜੋਰਟੀ ਆਫ ਲੋਕ ਨੇ ਉਹਨਾਂ ਨੂੰ ਫਾਇਦਾ ਹੋਣਾ ਅਵੇਅਰਨੈਸ ਕ੍ਰੀਏਟ ਹੋ ਰਹੀ ਹੈ ਵਾਤਾਵਰਨ ਦੇ ਕਰਕੇ ਇਹ ਕਦੀ ਇਹ ਤੁਹਾਡੇ ਦਿਮਾਗ 'ਚ ਆਇਆ ਸੀ ਪਹਿਲਾਂ ਵੀ ਆਪਣੇ ਮਾਰਚ ਦੇ ਵਿੱਚ 16 18 ਡਿਗਰੀ ਟੈਂਪਰੇਚਰ ਹੋਏਗਾ ਹੜ ਹੋਣਗੇ ਪਿਛਲੇ ਸਾਲ ਕਿਤੇ ਅੱਗਾਂ ਲੱਗੀਆਂ ਕਿਤੇ ਹੜ ਆ ਰਹੇ ਨੇ ਜਿਹੜੇ ਇਟਸ 올 ਅਬਾਊਟ ਅ এনਵਾਇਰਨਮੈਂਟ ਜਿਹੜੇ ਪ੍ਰੋਵਿੰਸ ਤੋਂ ਤੁਸੀਂ ਆਏ ਹੋ ਕੈਲਗਰੀ ਤੋਂ ਉੱਥੇ ਹੁਣ ਕਹਿ ਰਹੇ ਨੇ ਵੀ ਇਸ ਵਾਰੀ ਡਰਾਉਟ ਆਉਣਾ ਤੇ ਜਿਹੜਾ ਹਿੰਦੁਸਤਾਨ ਦੇ ਵਿੱਚ ਜਿੱਥੋਂ ਅਸੀਂ ਆਏ ਆ ਪੁਰਾਣੇ ਉੱਥੇ ਕਿੰਨਾ ਵਾਤਾਵਰਨ ਦਾ ਫਰਕ ਪੈ ਗਿਆ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਨਾਲ ਡਾਕਟਰ ਸਾਹਿਬ ਜਿਹੜਾ ਰਿਵੈਟ ਵਾਲਾ ਨਾ ਕਾਰਬਨ ਟੈਕਸ ਡਿਬੇਟ ਵਾਲਾ ਯੂ ਆਰ ਰਾਈਟ ਉਹੋ ਇਹਨਾਂ ਤੋਂ ਕਮਿਊਨੀਕੇਟ ਨਹੀਂ ਹੋਇਆ ਕਿਉਂਕਿ ਉਹ ਟਾਸ ਆਫ ਹੈਗਾ ਇੱਕ ਪਾਸੇ ਟੈਕਸ ਲਾ ਰਹੇ ਆ ਪਰ ਸਰਟਨ ਇਨਕਮ ਲੈਵਲ ਥ੍ਰੈਸ਼ਹੋਲਡ ਉਨਾਂ ਨੂੰ ਪੈਸੇ ਵਾਪਸ ਵੀ ਜਾ ਰਹੇ ਦੇਖੋ ਸਮਝਾਉਂਦਾ ਜਰਾ ਟਾਈਮ ਅਜੇ ਬਹੁਤ ਹੈਗਾ ਇਹੋ ਜੀ ਗੱਲ ਕੋਈ ਨਹੀਂ ਇਹ ਨਹੀਂ ਹੈਗਾ ਵੀ ਅੱਜ ਤੁਸੀਂ ਕੋਈ ਵੀ ਆ ਕੁਰਸੀ ਬਸ ਛੱਡ ਕੇ ਭੱਜ ਜਾਓ ਦੂਸਰੇ ਇਹ ਨਹੀਂ ਹੋਣਾ ਪਾਰਲੀਮੈਂਟ ਡੈਮੋਕ੍ਰੇਸੀ ਹੈਗੀ ਹੈ ਨੰਬਰਸ ਦੀ ਗੇਮ ਹੈ ਜੇ ਹੁਣ ਨੰਬਰਸ ਉਹਨਾਂ ਤਿੰਨਾਂ ਪਾਰਟੀਆਂ ਦੇ ਨੰਬਰ ਜਿਆਦਾ ਨਹੀਂ ਮਿਲ ਕੇ ਅਜੇ ਅਗਲੇ ਨੈਕਸਟ ਅਕਤੂਬਰ ਤੋਂ ਪਹਿਲਾਂ ਇਲੈਕਸ਼ਨ ਨਹੀਂ ਹੋਣੀ ਇਸ ਕਰਕੇ ਜਿਹੜੇ ਜਿਆਦਾ ਐਕਸਾਈਟਡ ਨੇ ਉਹਨਾਂ ਨੂੰ ਗਰਮੀ ਦਿਖਾਉਣ ਦੀ ਜ਼ਰੂਰਤ ਕੋਈ ਨਹੀਂ ਅਜੇ ਬਹੁਤ ਟਾਈਮ ਪਿਆ ਸ ਤੇ ਜਿਹੜਾ ਟਾਈਮ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਵੀ 19% ਵਾਲੇ ਸ ਸਤੋਂ ਵੱਡੀ ਮੈਜੋਰਟੀ ਗਵਰਨਮੈਂਟ ਦੀ ਉਹਨਾਂ ਦੀ ਸੀ ਮਿਸਟਰ ਮਰੋਨੀ ਦੀ ਉਸ ਤੋਂ ਦੀ ਮੈਜੋਰਟੀ ਨਾ ਬਣੀ ਕਦੀ ਵੀ ਉਸ ਤੋਂ ਬਾਅਦ ਫਿਰ ਜਦੋਂ ਮਿਸਟਰ ਕ੍ਰੈਚੇ ਆਏ ਨੇ ਦੋ ਸੀਟਾਂ ਉਹਨਾਂ ਦੀ ਰਹਿ ਗਈਆਂ ਸਾਰੇ ਵਾਈਪ ਆਊਟ ਹੋ ਗਏ ਫਿਰ ਦੁਬਾਰਾ ਆ ਗਏ ਸੋ ਜਦੋਂ ਜਦੋਂ ਜਸਟਨ ਰਣਕ ਇਲੈਕਸ਼ਨ ਲੜਨ ਦੀ ਸੀ ਸਾਰੇ ਕਹਿੰਦੇ ਇਹ ਗੱਲ ਨਹੀਂ ਬਣੀ ਥਰਡ ਪਲੇਸ ਤੇ ਸੀਗੀ ਥਰਡ ਪਲੇਸ ਤੇ ਸੀ ਤੇ ਫਿਰ ਸਰਕਾਰ ਮੈਜੋਰਟੀ ਗਵਰਨਮੈਂਟ ਬਣੀ ਕਿ ਨਹੀਂ ਬਣੀ ਸੋ ਅਜੇ ਠਹਿਰ ਜੋ ਜਿਹੜਾ ਨਾ ਮੈਂ ਸਾਰਿਆਂ ਨੂੰ ਕਹਿ ਰਿਹਾ ਮੈਨੂੰ ਕਿਹ ਵਾਰੀ ਕਹਿਣਗੇ ਵੀ ਤੁਹਾਡੀ ਪਾਰਟੀਆਂ ਦੇ ਬੰਦੇ ਸਾਰੇ ਇੱਧਰ ਚਲੇ ਗਏ ਮੈਂ ਕਿਤੇ ਨਹੀਂ ਜਾਣਦੇ ਉਹਨਾਂ ਦਾ ਘਰ ਵਾਪਸੀ ਉਹਨਾਂ ਦੀ ਹੋਣੀ ਘਰ ਵਾਪਸੀ ਬੜਾ ਹੌਲੀ-ਹੌਲੀ ਉਹਨਾਂ ਨੇ ਦੇਖਣਾ ਹੋਵੇ ਤੇ ਗਰਬੜ ਹੋ ਗਈ ਪਰ ਇਸ ਗੱਲ ਤੋਂ ਬੰਨ ਗੱਲ ਯਾਦ ਆਈ ਆਪਣੇ ਕਾਫੀ ਅਪਰਚਨਿਸਟ ਆਪਾਂ ਇੱਕ ਕਮਿਊਨਿਟੀ ਨਹੀਂ ਬਸ ਸਾਰੀਆਂ ਕਮਿਊਨਿਟੀਜ਼ ਆ ਹੈਗੇ ਆ ਹੁਣ ਜਦੋਂ ਦੇਖਦੇ ਨੇ ਚੜ੍ਹਾਈ ਏ ਕਨਜ਼ਰਵੇਟਿਵ ਪਾਰਟੀ ਦੀ ਜਿਹੜੇ ਬੰਦੇ ਸਾਰੀ ਉਮਰ ਐ ਐਨਡੀਪੀਰ ਰਹੇ ਆ ਉਹ ਵੀ ਇਹਦੀ ਟਿਕਟ ਮੰਗ ਰਹੇ ਆ ਕਨਜ਼ਰਵੇਟਿਵ ਪਾਰਟੀ ਦੀ ਉਹ ਹੁਣ ਮੈਂ ਇੰਡੀਵਿਜੂਅਲ ਲੋਕਾਂ ਦਾ ਆਪਾਂ ਆਪਣਾ ਆਮ ਨਾ ਟਾਕਿੰਗ ਇਨ ਜਨਰਲ ਜਨਰਲੀ ਪਤਾ ਕੀ ਹੁੰਦਾ ਹਰ ਇੱਕ ਹਰ ਇੱਕ ਬੰਦਾ ਚਾਹੁੰਦਾ ਵੀ ਆ ਜਿਹੜੀ ਵੱਡੀ ਕੁਰਸੀ ਆ ਦੇ ਤੇ ਮੈਂ ਕਿਸ ਤਰੀਕੇ ਨਾਲ ਬੈਠ ਜਾ ਉਹਨੇ ਤਰੀ ਤੇ ਸੋ ਮੈਂ ਉਸ ਚੀਜ਼ ਦੇ ਬਾਰੇ ਤੇ ਜਿਆਦਾ ਨਹੀਂ ਕਹਿ ਸਕਦਾ ਪਰ ਜਿਹੜੇ ਅਸੂਲ ਨੇ ਨਾ ਅਸੂਲਾਂ ਨੂੰ ਤੁਹਾਨੂੰ ਫਿਰ ਵੀ ਥੋੜਾ ਬੋਤਾ ਖਿਆਲ ਰੱਖਣ ਦੀ ਜਰੂਰਤ ਹੈ ਪਰ ਜਿਹੜਾ ਇਸ ਦਮ ਰੱਖਣ ਵੱਲ ਜਰੂਰਤ ਇਹ ਹੈਗੀ ਹੈ ਮੈਰਾਥਨ ਰਨ ਇਹ ਕੋਈ ਐਵੀ ਛੋਟੀ ਮੋਟੀ ਨਹੀਂ ਹੈਗੀ ਕਿ ਕਿੜ ਸਪ੍ਰਿੰਟ ਨਹੀਂਗੀ ਉੱਠ ਕੇ ਦੇ ਤਰਫ ਕੋਈ ਆ ਕੰਮ ਹੋ ਗਿਆ ਤੇ ਉਹਨਾਂ ਨੂੰ ਨਿਰਾਸ਼ਾ ਹੋਣੀ ਹੈ ਬਹੁਤ ਸਾਰਿਆਂ ਨੂੰ ਮੈਂ ਤੁਹਾਨੂੰ ਦੱਸਣਾ ਪਿਆ ਕਿਉਂਕਿ ਜਿਹੜੇ ਹੁਣ ਮੈਂਬਰ ਆਫ ਪਾਰਲੀਮੈਂਟ ਨੇ ਕੰਮ ਕਰਦੇ ਪਏ ਨੇ ਇਹ ਤਾਂ ਨਹੀਂ ਹੈਗਾ ਕਿ ਉਹਨਾਂ ਨੇ 20000 ਤੇ ਵਿਨ ਕਰਨਾ 20 ਨਹੀਂ ਤੇ 5000 ਤੇ ਵਿਨ ਕਰ ਜਾਣਗੇ ਕਈ ਜਗ੍ਹਾ ਤੇ 3 ਵੇਅ ਰੇਸ ਹੈ ਕਿਤੇ 4 ਵੇਅ ਰੇਸ ਹੈ ਕਿ ਐਵੇਂ ਐਕਸਾਈਟਿਡ ਹੋ ਫਿਰਦੇ ਨੇ ਸਾਰੇ ਵੀ ਇਹਨੇ ਨਹੀਂ ਜਿੱਤਣਾ ਐਵੇਂ ਗਣੀ ਬੈਠੇ ਐ ਵੀ ਗਈ ਉਹ ਵੀ ਗਈ ਉਹਦੀ ਗੱਲ ਕੋਈ ਨਹੀਂ ਹੈਗੀ ਤੁਸੀਂ ਦੇਖ ਲੈਣਾ BC ਦੇ ਵਿੱਚ ਮੈਨਾਂ ਦੀ ਪਪੂਲਾਰਿਟੀ ਅੱਛੀ ਹੈ ਅਨਟੈਰੀਓ ਠੀਕ ਹੈ ਕੋਬੈਗ ਦੇ ਵਿੱਚ ਠੀਕ ਨੇ ਥੋੜਾ ਇਹ ਦੇ ਕਰਕੇ ਕਾਰਬਨ ਟੈਕਸ ਕਰਕੇ ਥੋੜਾ ਜਿਹਾ ਇਸ਼ੂ ਆਇਆ ਉਹਨਾਂ ਨੇ ਕੈਪਚਰ ਕਰ ਲਿਆ ਲੋਕੀ ਪਹਿਲਾ ਅਫਸਰ ਨੇ ਅਫੋਰਡੇਬਿਲਟੀ ਦਾ ਇਸ਼ੂ ਸੀ ਇੰਟਰਸਟ ਰੇਟ ਵਧ ਕੇ ਜਿਹੜਾ ਸਭ ਤੋਂ ਵੱਡਾ ਸਿਆਪਾ ਤੇ ਇੰਟਰਸਟ ਰੇਟ ਦਾ ਹੋਇਆ ਜੀ ਐਸ ਸਾਰਾ ਉਹਨੇ ਇੰਟਰਸਟ ਰੇਟ ਕਿਉਂ ਹੋਇਆ ਇਨਫਲੇਸ਼ਨ ਵਧ ਗਈ ਹੁਣ ਇਨਫਲੇਸ਼ਨ ਕੰਟਰੋਲ ਹੋ ਰਹੀ ਹੈ ਹੁਣ ਸੈਕੰਡ ਮੰਥ ਤੇ ਇਨਫਲੇਸ਼ਨ ਕੰਟਰੋਲ ਹੋ ਗਿਆ ਯੈਸ ਬੈਕ ਟੂ 2.8% ਨਾ ਸੋ ਹੌਲੀ ਹੌਲੀ ਇੰਟਰਸਟ ਰੇਟ ਵੀ ਥੱਲੇ ਆਉਣਾ ਜੇ ਬਾਏ ਨੈਕਸਟ ਈਅਰ ਸਿਚੁਏਸ਼ਨ ਵਿਲ ਚੇਂਜ ਸੋ ਮੈਂ ਸਾਰਿਆਂ ਨੂੰ ਇਹ ਕੰਗਵ ਥੋੜਾ ਜਿਹਾ ਥੋੜੇ ਹੌਸਲੇ ਰੱਖੋ ਥੋੜਾ ਜਿਹਾ ਹੋਰ ਟਾਈਮ ਟੂ ਟ੍ਰਾਈ ਕਰਾ ਡਾਟਾ ਸਾਹਿਬ ਤੁਸੀਂ ਪ੍ਰਾਈਮ ਮਿਨਿਸਟਰ ਨੂੰ ক্লোਸਲੀ ਜਾਣਦੇ ਆ ਤੇ ਜਦੋਂ ਕਿਸੇ ਰਿਪੋਰਟਰ ਨੇ ਕੁਐਸਚਨ ਪੁੱਛਿਆ ਸੀ ਐਂਡ ਹੀ ਸੈਡ ਦੈਟ ਆਈ ਏਵਰੀ ਡੇ ਆਈ ਥਿੰਕ ਅਬਾਊਟ ਕੁਇਟਿੰਗ ਐਂਡ ਕਹਿੰਦੇ ਇਟਸ ਨਾਟ ਅ ਈਜ਼ੀ ਜੌਬ ਏਵਰੀ ਡੇ ਇਟਸ ਅ ਚੈਲੰਜ ਐਂਡ ਸਟਰਗਲ ਆਬਵੀਅਸਲੀ ਜਦੋਂ ਤੁਸੀਂ ਕੰਟਰੀ ਰਨ ਕਰਨੀ ਹੈ ਦੇਖੋ ਇਹ ਜਿਹੜੀ ਹੈ ਨਾ ਗੱਲਾਂ ਦੇਖੋ ਇਨਸਾਨ ਹਰ ਤਰੀਕੇ ਨਾਲ ਗੱਲ ਕਰਦਾ ਹੁਣ ਆਪਾਂ ਬੈਠੇ ਆ ਕਿਤੇ ਮੈਂ ਤੁਹਾਨੂੰ ਕਹਾਂ ਵੀ ਮੈਂ ਅਫਸਰਡ ਹਾਂ ਮੈਂ ਫੀਲ ਨਹੀਂ ਠੀਕਰਦਾ ਇਹ ਥੋੜਾ ਕੋਈ ਬੜੀ ਵੱਡੀ ਸਟੋਰੀ ਹੈ ਇਹ ਗੱਲਾਂ ਨੇਚਰਲ ਸਟੋਰੀ ਨੇ ਇਹ ਜਿਹੜੀਆਂ ਹਰ ਇੱਕ ਦਾ ਹਿਊਮਨ ਐਕਸਪ੍ਰੈਸ਼ਨਸ ਨੇ ਵੈਨ ਤੁਸੀਂ ਐਡੇ ਵੈਡੇ ਮੁਲਕ ਨਾਲ ਡੀਲ ਕਰਦੇ ਹੋ ਮੇਜਰ ਕਨਫਲਿਕਟ ਹੋ ਰਿਹਾ ਨੇ ਆਲੇ ਦੁਆਲੇ ਤੁਹਾਡੇ ਤੇ ਵਾਰ ਹੋ ਰਹੇ ਨੇ ਤੁਹਾਨੂੰ ਤੁਹਾਡੇ ਬਾਰੇ ਫਾਲਤੂ ਗੱਲਾਂ ਕੀਆਂ ਜਾ ਰਹੀਆਂ ਨੇ ਜਿਸ ਦਾ ਕੋਈ ਬੇਸ ਨਹੀਂ ਹੈਗਾ ਤੇ ਫਿਰ ਤੁਸੀਂ ਬੰਦਾ ਪਰੇਸ਼ਾਨ ਹੈ ਦਾ ਹਿਊਮਨ ਬੀਇੰਗ ਐਂਡ ਆਫ ਦਾ ਡੇ ਨੈਚਰਲੀ ਨੈਚਰਲੀ ਗੱਲਾਂ ਇਹ ਇਹ ਗੱਲਾਂ ਜਿਹੜੀਆਂ ਨਾ ਮੈਂ ਇਹਨਾਂ ਤੇ ਜਿਆਦਾ ਵੇਟ ਨਹੀਂ ਰੱਖਦਾ ਕਿਉਂਕਿ ਤੁਸੀਂ ਹਿਸਟਰੀ ਨੋਟ ਕਰਕੇ ਦੇਖ ਲਓ ਜਿਹੜੇ ਵੀ ਜ਼ਿਆਦਾ ਇਸ ਕੰਮ 'ਚ ਪੈਂਦੇ ਨੇ ਉਹ ਨੁਕਸਾਨ ਹੁੰਦਾ ਸੋ ਕੰਮ ਬੜੇ ਸੋਹਣੇ ਹੋ ਰਹੇ ਨੇ ਚੰਗੇ ਕੰਮ ਹੋ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹੋਰ ਜਿਹੜਾ ਇਹਦਾ ਫਾਇਦਾ ਹੋਏਗਾ ਇਕਨੋਮੀ ਬੈਟਰ ਹੋ ਰਹੀ ਹੈ ਹਾਊਸਿੰਗ ਦਾ ਇਸ਼ੂ ਹੁਣ ਕੱਲੇ ਹਾਊਸਿੰਗ ਦੇ ਇਸ਼ੂ ਕੱਲਾ ਫੈਡਰਲ ਗਵਰਨਮੈਂਟ ਦੀ ਨਹੀਂ ਸੀ ਨਾ ਪ੍ਰੋਬਲਮ ਕੱਲੀ ਇੱਥੇ ਤਿੰਨੇ ਲੈਵਲਸ ਦਾ ਤਿੰਨੇ ਲੈਵਲ ਦੀ ਸੀ ਪ੍ਰੋਬਲਮ ਹੁਣ ਜਿਹੜੇ ਨਵੇਂ ਬਣੇ ਨੇ ਹਾਊਸਿੰਗ ਮਿਨਿਸਟਰ ਕਿਸ ਤਰੀਕੇ ਨਾਲ ਉਹ ਬਿਲਕੁਲ 747 ਲੈ ਕੇ ਫਿਰਦੇ ਪਏ ਨੇ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਦੇ ਪਏ ਨੇ ਉਹਨਾਂ ਅਫੋਰਡੇਬਿਲਟੀ ਇਸ਼ੂ ਵੀ ਡੀਲ ਕਰਨਾ ਉਹਨਾਂ ਨੇ ਹੁਣ ਆਈ ਤੇ ਨਹੀਂ ਵੀ ਤੁਸੀਂ ਅੱਜ ਐਪਲੀਕੇਸ਼ਨ ਦੋ ਤੇ ਕੱਲ ਨੂੰ ਤੁਸੀਂ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਸੋ ਮਿਊਨਿਸਪੈਲਟੀ ਨੂੰ ਪੈਸਾ ਮਿਲਦਾ ਪਿਆ ਪ੍ਰੋਵਿੰਸ ਨੂੰ ਸਾਰਿਆਂ ਨੂੰ ਪੈਸਾ ਮਿਲਦਾ ਪਿਆ ਪਰ ਕੋਆਪਰੇਸ਼ਨ ਦੀ ਜ਼ਰੂਰਤ ਹੈ ਪਲੱਸ ਜਿਹੜਾ ਟਾਈਮ ਹੈ ਉਹਦੀ ਜ਼ਰੂਰਤ ਹੈ ਮੋਡੀਫਿਕੇਸ਼ਨ ਕਰਨੀ ਪੈਣੀ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਕਿੰਨਾ ਕੰਮ ਹੋਇਆ ਸੀ ਘਰ ਬਣ ਬਣੇ ਕਿ ਨਹੀਂ ਬਣੇ ਸਾਰਾ ਕੋਈ ਸਿਸਟਮ ਹੁੰਦਾ ਸੀ ਤੇ ਹੁਣ ਦੁਬਾਰਾ ਵੀ ਉਸ ਤਰ੍ਹਾਂ ਹੋਣਾ ਇਹੋ ਜੀ ਗੱਲ ਕੋਈ ਨਹੀਂ ਟਾਈਮ ਦੀ ਜਿਹੜੀ ਨਾ ਇਸ਼ੂ ਆ ਰਿਹਾ ਵੀ ਜਿਹੜੀ ਕੋਵਿਡ 19 ਦੇ ਟਾਈਮ ਤੇ ਗੜਬੜ ਹੋ ਗਈ। ਉਸ ਸਮੇਂ ਦੇ ਵਿੱਚ ਜਿਹੜੇ ਸੀ ਨਾ ਇਕਨੋਮੀ ਥੱਲੇ ਚਲੀ ਗਈ। ਆਫ ਕੋਰਸ ਯਾ। ਵਰਲਡਵਾਈਟ ਤੇ ਜਿਹੜੇ ਪੈਸੇ ਕੈਨੇਡਾ ਦੇ ਪੈਸੇ ਸੀ ਉਹ ਲੋਕਾਂ ਨੂੰ ਲੋਅ ਇੰਟਰਸਟ ਰੇਟ ਤੇ ਬਹੁਤ ਮਿਲ ਗਏ। ਉਸ ਸਮੇਂ ਉਹ ਸਾਰਿਆਂ ਨੇ ਪੂਰੇ ਧਿਆਨ ਨਾਲ ਨਹੀਂ ਕੀਤਾ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਡੀਲ ਕਰਨਾ। ਇਹ ਨਹੀਂ ਸੀ ਪਤਾ ਵੀ ਇਹ ਸਾਰੀ ਉਮਰ ਦੇਣੀ ਨਾ 1.2% ਤੁਹਾਨੂੰ ਮਿਲਣਾ ਨੈਚੁਰਲੀ ਅਸੀਂ ਸਾਰੇ ਉਸ ਕੰਮ ਚੀਏ ਉਹ ਜੀ ਗੱਲ ਨਹੀਂ ਵੀ ਅਸੀਂ ਕੋਈ ਬਾਕੀਆਂ ਨਾਲ ਬਹੁਤੇ ਸਮਾਰਟ ਹਾਂ ਸਾਰੇ ਜਿੰਨੀ ਕੋਈ ਬਾਕੀਆਂ ਨਾਲ ਇਕੱਲੇ ਨਹੀਂ ਸੰਬੋਧਨ ਕਰਦਾ ਲੱਗਦਾ ਹੈ ਕਿ ਵੀ ਪੈਟਫਾਰਮ ਸਾਨੂੰ ਮਿਲ ਜਾਂਦਾ ਸੀ ਗੱਲ ਕਰਦੇ ਨੇ ਬਾਕੀ ਕੇਵਰੀ ਉਹ ਨਹੀਂ ਕੰਮ ਕਰ ਗੱਲ ਕਰਦੇ ਪਰ ਇਹ ਜਿਹੜਾ ਨਾ ਇਹ ਟਾਈਮ ਸਾਰੇ ਨੂੰ ਦੱਸਾਂਗਾ ਵੀ ਇਹ ਟਾਈਮ ਇਹ ਮੌਸਮੀ ਹਵਾਵਾਂ ਨੇ ਠੀਕ ਹੋ ਜਾਣੀਆਂ ਸਿਆਸਤ ਦੇ ਵਿੱਚ ਤੇ ਬੜੀ ਵੱਡੀ ਗੱਲ ਨਹੀਂ ਹੁੰਦੀ ਇਹ ਇਹ ਅਜੇ 1.5 ਸਾਲ ਪਿਆ 1.5 ਸਾਲ ਦੇ ਵਿੱਚ ਨੰਬਰ ਦੇਖੋ ਵੀ ਹੁਣ ਫਾਰ ਐਗਜ਼ਾਮਪਲ ਵੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੋ ਸਕਦਾ ਬਹੁਤੀ ਚੰਗੀ ਨਾ ਹੋਵੇ ਜੇ ਤੁਸੀਂ ਇੱਕ ਏਰੀਆ ਜਿੱਥੇ ਹਮੇਸ਼ਾ ਦੂਜੀ ਪਾਰਟੀ ਜਿੱਤੀ ਤੇ ਉੱਥੇ 50% ਦੀ ਬਜਾਏ 80% ਤੁਸੀਂ ਵੋਟਾਂ ਲੈ ਜਾਓ ਸੀਟ ਤੇ ਇੱਕੋ ਹੀ ਹੈ ਨਾ ਇਹ ਸೀਟ ਡਿਸਟ੍ਰੀਬਿਊਸ਼ਨ ਤੇ ਪਤਾ ਲੱਗਣਾ ਵੀ ਸੀਟ ਕਿੱਥੋਂ ਵਿਨ ਕੀਤੀਆਂ ਰੀਆਰਗੇਨਾਈਜ਼ੇਸ਼ਨ ਹੋ ਰਹੀ ਹੈ ਉਹਦਾ ਕੀ ਇੰਪੈਕਟ ਹੋਣਾ ਹੈ ਕਿਸ ਤਰੀਕੇ ਨਾਲ ਆਉਣ ਵਾਲਾ ਸਮਾਗ ਕੀ ਹੋਣਾ ਹੈ ਇਲੈਕਸ਼ਨ ਜਿਹੜਾ ਨਾ ਇਲੈਕਸ਼ਨ ਦੇ ਜਿਹੜਾ ਬਣਾ ਰਹੇ ਨੇ ਨਵੇਂ ਰੂਲਸ ਉਹਦਾ ਕੀ ਅਸਰ ਹੋਣਾ ਹੈ ਇਕਨੋਮੀ ਦੇ ਕਿਸ ਤਰ੍ਹਾਂ ਅਸਰ ਪੈਣਾ ਇਮੀਗ੍ਰੇਸ਼ਨ ਆਲਰੇਡੀ ਦੱਸਿਆ ਉਹਨਾਂ ਨੇ ਕੰਟਰੋਲ ਕਰ ਲਿਆ ਮੋਡੀਫਿਕੇਸ਼ਨ ਹੋ ਰਹੀ ਹੈ ਸੋ ਇਸ ਤੋਂ ਇਲਾਵਾ ਜਿਹੜਾ ਵਾਰ ਵੀ ਕਦੀ ਨਾ ਕਦੀ ਤੇ ਖਤਮ ਹੋਏਗੀ ਨਾ ਇਹ ਤੇ ਨਹੀਂ ਹੈਗਾ ਵੀ ਯੂਕਰੇਨ ਨੂੰ ਉਹਨਾਂ ਨੇ ਕਿੰਨੀ ਦੇਰ ਤੱਕ ਵਾਰ ਰੱਖ ਰੱਖਣਗੇ ਸੋ ਉਹ ਵੀ ਕੰਮ ਠੀਕ ਚੱਲਦਾ ਪਿਆ ਹੁਣ ਇਧਰ ਆਪਣਾ ਮਿਡਲ ਈਸਟ ਦੇ ਵਿੱਚ ਤੁਸੀਂ ਦੱਸਿਆ ਆਪਣੇ ਓਪਨਿੰਗ ਰਿਮਾਰਕ ਦੇ ਵਿੱਚ ਸੀਜ਼ਫਾਇਰ ਦੀ ਰੈਜ਼ੋਲੂਸ਼ਨ ਉਹਨਾਂ ਨੇ ਰੱਖਿਆ ਗੱਲਬਾਤ ਹੋ ਰਹੀ ਹੈ ਸੋ ਇਹ ਐਡੀ ਨਹੀਂ ਗੱਲ ਵੀ ਸਾਰਾ ਕੁਝ ਇੱਕੋ ਦਿਨ ਚ ਹੀ ਸਾਰਾ ਪੈ ਜਾਣਾ ਗੱਲ ਟਾਈਮ ਲੱਗਦਾ ਸੇ ਲੋਗ ਟਰਮ ਪ੍ਰੋਸੈਸ ਸਾਡੀ ਗੱਲ ਚੱਲ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਜਿਹੜੇ ਕਿ ਪੋਲਿਟਿਕਸ ਚ ਵੀ ਇਨਵੋਲ ਹੈ ਫੈਮਿਲੀ ਫਿਜੀਸ਼ੀਨ ਹੈ ਤੇ ਕੋਈ ਵੀ ਕੁਐਸਚਨ ਹੋਵੇ ਸਾਡੇ ਫੋਨ ਨੰਬਰ ਸਕਰੀਨ ਤੇ ਚੱਲ ਰਹੇ ਆ ਲੋਕਲ ਸਟਾਫ ਨੰਬਰ ਹੈ 604 6959555 ਤੁਸੀਂ ਉਹਨਾਂ ਨੂੰ ਫੋਨ ਕਰਕੇ ਸਿੱਧਾ ਕੁਐਸਚਨ ਕਰ ਸਕਦੇ ਹੋ ਡਾਕਟਰ ਸਾਹਿਬ लेट्स ਟਾਕ ਅਬਾਊਟ ਦਾ ਹੈਲਥ ਕੇਅਰ ਤੁਹਾਨੂੰ ਫੀਲ ਦੇ ਆ ਇੱਕ ਕੁਐਸਚਨ ਬੜਾ ਉੱਪਰ ਕੇ ਕਮਿਊਨਿਟੀ ਚ ਵਾਰ-ਵਾਰ ਆਉਂਦਾ ਕੋਵਿਡ ਦੀ ਤੁਸੀਂ ਗੱਲ ਕੀਤੀ ਕੋਵਿਡ ਤੋਂ ਬਾਅਦ ਆਪਣੇ ਲੋਕਾਂ ਨੇ ਸ਼ਾਰਟਸ ਲਵਾਏ ਐਂਡ ਪੀਪਲ ਆਰ ਇੰਪੈਕਟਡ ਐਂਡ ਪੀਪਲ ਸੈਡ ਇਟ ਇਜ਼ ਸਮ ਪੀਪਲ ਹੈਡ ਅ ਲੌਂਗ ਟਰਮ ਇੰਪੈਕਟ ਆਫ ਕੋਵਿਡ ਜਿਹਨੇ ਮਤਲਬ ਜਿਹੜੇ ਪੋਜ਼ਿਟਿਵ ਹੋ ਗਏ ਸੀ ਤੇ ਉਹ ਬੜਾ ਕਨਫਿਊਜ਼ਨ ਹੈ ਤੇ ਉਹ ਵੈਕਸੀਨ ਨੂੰ ਵੀ ਨਾਲ ਹੀ ਰਲਾ ਦਿੰਦੇ ਆ ਵੀ ਵੈਕਸੀਨਸ ਨੇ ਵੀ ਸਾਈਡ ਇਫੈਕਟ ਕੀਤੇ ਇਹ ਮੈਡੀਕਲੀ ਐਜ਼ ਮੈਡੀਕਲ ਪ੍ਰੋਫੈਸ਼ਨਲ ਵਾਟ ਯੂ ਵਿਲ ਸੇ ਜਿਹੜੀਆਂ ਪਹਿਲੀ ਗੱਲ ਤੇ ਜਿਹੜੀ ਪ੍ਰੋਵੈਂਸ਼ਨ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪ੍ਰੋਵੈਂਸ਼ਨ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਇੱਕ ਆਪਾਂ ਫਿਜ਼ੀਕਲੀ ਪ੍ਰੋਵੈਂਸ਼ਨ ਕਰ ਸਕਦੇ ਆ ਜਿਹੜੀ ਕੀਤੀ ਡਿਸਟੈਂਸ ਦੀ ਕੀਤੀ ਆਈਸੋਲੇਸ਼ਨ ਦੀ ਕੀਤੀ ਫਿਰ ਸ਼ਟਡਾਊਨ ਸਾਰਾ ਕੰਟਰੀ ਹੋਇਆ ਅੱਦਾ ਅੱਦਾ ਦੁਨੀਆ ਸ਼ਟਡਾਊਨ ਹੋ ਗਈ ਉਹ ਸਮ ਉਹ ਇੱਕ ਪਾਰਟ ਸੀ ਪਰ ਉਸ ਚੀਜ਼ ਨੂੰ ਨੈਕਸਟ ਪਾਰਟ ਸੀ ਵੈਕਸੀਨੇਸ਼ਨ ਵੈਕਸੀਨੇਸ਼ਨ ਨਾਰਮਲੀ ਸੀ ਜੇ ਟੇਕਸ ਅਬਾਊਟ 8 ਟੂ 10 ਇਅਰ ਡਵੈਲਪ ਕਰਵਾਸੇ ਪਰ ਜਿਹੜੀ ਨਿਊ ਟੈਕਨੋਲੋਜੀ ਜਿਹੜੀ ਸੀ ਉਹਦੇ ਅੰਡਰ ਮੈਡਰਨਾ ਤੇ ਫਾਈਜ਼ਰ ਨੇ ਆਪਣਾ ਵੈਕਸੀਨੇਸ਼ਨ ਬਹੁਤ ਜਲਦੀ ਤਿਆਰ ਕਰ ਲਿਆ ਉਹ ਜਿਹੜਾ ਟ੍ਰਾਇਲ ਟਾਈਮ ਸੀ ਉਹ ਵੀ ਕੰਪੀਟੈਂਸੀ ਇਹਦੀ ਕੋ ਗੱਲ ਨਹੀਂ ਸੀ ਜੇ ਸਮਝੀ ਲੋ ਵੀ ਬਿਲੀਅਨਸ ਆਫ ਲੋਕਾਂ ਨੂੰ ਜਿਹੜਾ ਵੈਕਸੀਨੇਸ਼ਨ ਲੱਗੇ ਨੇ ਜੇ ਨਾ ਹੁੰਦੇ ਤੇ ਫਿਰ ਕੀ ਹੋਣਾ ਸੀ ਉਹ ਸੋਚੋ ਨਾ ਕਦੀ ਨਾ ਕਦੀ ਕਿਤੇ ਨਾ ਕਿਤੇ ਕਿਸੇ ਨੂੰ ਸਾਈਡ ਇਫੈਕਟ ਹੋ ਸਕਦਾ ਕੋਈ 100% ਤਾਂ ਕਹਿ ਨਹੀਂ ਸਕਦਾ ਨਹੀਂ ਹੋਇਆ ਜਾਂ ਨਹੀਂ ਹੋਣਾ ਪਰ ਇਹਦੇ ਨਾਲ ਜੇ ਨਾ ਹੁੰਦਾ ਵੈਕਸੀਨੇਸ਼ਨ ਫਿਰ ਕਿੰਨਾ ਅਸਰ ਹੋਣਾ ਸੀ ਪਰ ਕਈਆਂ ਨੇ ਤਿੰਨ ਲਵਾਏ ਨੇ ਚਾਰ ਨਹੀਂ ਲਵਾਉਣਾ ਚਾਹੁੰਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਜੇ ਤੁਸੀਂ ਪਰ ਵੈਸੇ ਤੁਹਾਡਾ ਕੀ ਖਿਆਲ ਹੈ ਲਵਾਉਣੇ ਚਾਹੀਦੇ ਆ ਫੇਸ ਰਿਕਮੈਂਡੇਡ ਐਬਸੋਲੂਟਲੀ ਟਾਕ ਟੂ ਯਰ ਡਾਕਟਰ ਫੈਮਿਲੀ ਡਾਕਟਰ ਨਾਲ ਗੱਲ ਕਰ ਲਓ ਜੇ ਤੁਹਾਨੂੰ ਕੋਈ ਨਈ ਸਵੀਅਰ ਰਿਐਕਸ਼ਨ ਹੋਇਆ ਤੁਹਾਡੀ ਬਾਡੀ ਦੇ ਵਿੱਚ ਤੁਹਾਨੂੰ ਜੇ ਤੁਹਾਡੀ ਸਿਸਟਮ ਆਲਰੇਡੀ ਕੰਪਰੋਮਾਈਜ਼ਡ ਹੈ ਤੇ ਤੁਹਾਨੂੰ ਕ੍ਰੋਨਿਕ ਅਲਰਜੀ ਹੈ ਗਈ ਤੁਹਾਨੂੰ ਐਸਮਾ ਜਾਂ ਲੰਗ ਪ੍ਰੋਬਲਮਸ ਹੈ ਗਈਆਂ ਤੁਹਾਡੀ ਜਨਰਲੀ ਤੁਸੀਂ ਬਾਡੀ ਵੀਕ ਫੀਲ ਕਰਦੇ ਹੋ ਯੂ ਆਰ ਮੋਰ ਐਕਸਪੋਜ਼ਡ ਟੂ ਦੀ ਆਊਟਸਾਈਡ এনवायरमेंट ਫਰ ਫਰ ਫॉर ਯੂ ਆਈ ਥਿੰਕ ਇਟਸ ਸੋ ਇੰਪੋਰਟੈਂਟ ਫॉर ਯੂ ਟੂ ਹੈਵ ਦੀ ਆਪ ਦੇ ਨਾ ਤਾਂ ਉਹਦੀ ਬੂਸਟਰ ਡੋਜ਼ ਲਵਣੀ ਚਾਹੀਦੀ ਹੈ ਸੋ ਡਾਕਟਰ ਸਾਹਿਬ ਜਿਹੜਾ ਆਪਣੇ ਫਲੂ ਦਾ ਸ਼ਾਰਟ ਵੀ ਵੈਸੇ ਮੈਂ ਤਾਂ ਆਪ ਉਹਦੇ ਫੇਵਰ ਚ ਹੈਗੇ ਤੁਸੀਂ ਵੀ ਰეკਮੈਂਡ ਕਰਦੇ ਆ ਪਰ ਇਹ ਫਲੂ ਦਾ ਜਿਹੜਾ ਹੈਗਾ ਆ ਇਹਦਾ ਪ੍ਰਭਾਵ ਜਿਹੜਾ ਕਾਫੀ ਸਟਰੋਂਗ ਹੋਣ ਲੱਗ ਪਿਆ ਲੋਕੀ ਜਿਨ੍ਹਾਂ ਨੂੰ ਫਲੂ ਹੋਇਆ ਆ ਮਤਲਬ ਜਿਨ੍ਹਾਂ ਨੇ ਨਹੀਂ ਸ਼ਾਰਟ ਲਗਵਾਇਆ ਉਹਨਾਂ ਦਾ ਜ਼ਿਆਦਾ ਹੀ ਮਨ ਪੀਪਲ ਹੈਵ ਅ ਰੀਲੀ ਰੀਲੀ ਡਿਫਿਕਲ ਲਾਈਕ ਪਹਿਲਾ ਹੁੰਦਾ ਸੀ 3-4 ਦਿਨਾਂ ਦੇ ਵਿੱਚ ਐਂਟੀਬਾਇਓਟਿਕਸ ਵੀ ਪਹਿਲਾਂ 3-4 ਦਿਨ ਦੇ ਸੀ ਹੁਣ ਜਿਹੜਾ ਟਾਈਮ ਵੱਧ ਕੇ ਵੀਕ ਹੋ ਗਿਆ 10 10 ਤਿੰਨ ਲੋਕਾਂ ਨੂੰ ਉੱਠਿਆ ਨਹੀਂ ਆ। ਨੇਚਰਲੀ ਜਦੋਂ ਦੇਖੋ ਵਾਇਰਸ ਨੇ ਹਰ ਸਾਲ ਬਦਲਦੀਆਂ ਇਹ ਤੇ ਹੈ ਨਹੀਂ ਵੀ ਜਿਹੜੀ ਵਾਇਰਸ ਆਜੇ ਉਹ ਕਮਜ਼ੋਰ ਹੈ ਤੇ ਅਗਲੇ ਸਾਲ ਉਹਨੇ ਉਹ ਹੋਰ एवरीイヤー ਇਜ਼ ਅ ਡਿਫਰੈਂਟ ਡਿਫਰੈਂਟ ਸਟ੍ਰੇਨਸ ਆਉਂਦੀਆਂ ਤੇ ਉਹਦੀ ਸਟਰੈਂਥ ਜਿਹੜੀ ਹੈ ਉਸ ਹਰ ਨਾਲ ਵੈਰੀਫਿਕੇਸ਼ਨ ਹੁੰਦੀ ਹੈ ਸੋ ਉਹ ਜਿਹੜਾ ਵੈਕਸੀਨੇਸ਼ਨ ਉਹ ਕਿਹੜਾ ਕੋਈ 100% ਫਲੂ ਵਾਸਤੇ ਕੰਮ ਕਰਦਾ ਇਹ ਤੇ ਟਰੂ ਨਹੀਂ ਹੈਗਾ ਪਰ ਕਈਆਂ ਤੇ ਐਟ ਲੀਸਟ ਜਿਹੜੀ ਉਹਦੀ ਸਵੈਰਿਟੀ ਆਫ ਸਿੰਪਟਮਸ ਨੇ ਉਹ ਘਟ ਜਾਂਦੇ ਨੇ ਸੋ ਐਟ ਲੀਸਟ ਤੁਹਾਨੂੰ ਫਾਇਦਾ ਹੋ ਸਕਦਾ ਜੇ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਸਟ ਇਮੇਜਿਨ ਕਿ ਜੇ ਤੁਹਾਡੀ ਵੈਕਸੀਨੇਸ਼ਨ ਨਾ ਹੁੰਦੀ ਯਾ ਜਸਟ ਫਾਰ ਪੋਲੀਓ ਵੈਕਸੀਨੇਸ਼ਨ ਨਾ ਹੁੰਦੀ ਫਾਰ ਟਾਈਫਾਇਡ ਜੇ ਵੈਕਸੀਨੇਸ਼ਨ ਨਾ ਹੁੰਦੀ ਫਾਰ ਮੀਜ਼ਲ ਮੰਪਸ ਰੁਬੈਲਾ ਹੈਪੇਟਾਈਟਿਸ ਏ ਐਂਡ ਬੀ ਦੈਨ ਵਾਟ ਵੁੱਡ ਹੈਪਨ ਮੀਜ਼ਲਸ ਦੇ ਕੇਸ ਡਾਕਟਰ ਸਾਹਿਬ ਫੇਰ ਮਤਲਬ ਇੱਕ ਵਾਰੀ ਐਰੇਡਿਕੇਟ ਕਰਤਾ ਸੀਗਾ ਪਰ ਦੈਨ ਇਸ ਦ ਕੇਸ ਇਸ ਇਵਨ ਇਨ ਕੈਨੇਡਾ ਪਤਾ ਕੀ ਹੋਇਆ ਉਹ ਜਦੋਂ ਕੋਵਿਡ ਦੇ ਟਾਈਮ ਦੇ ਵਿੱਚ ਜਿਹੜੇ ਵੈਕਸੀਨੇਸ਼ਨ ਨਹੀਂ ਲੱਗੇ ਉਹਨਾਂ ਵਿੱਚੋਂ ਹੋ ਸਕਦਾ ਕਿ ਕਈ ਹੋਣਗੇ ਬੱਚੇ ਜਿਨ੍ਹਾਂ ਨੂੰ ਇਹਦਾ ਮੀਜ਼ਲਸ ਹੋ ਗਿਆ ਤੇ ਟਰੈਵਲ ਵਧਨ ਦੇ ਨਾਲ ਇਹ ਕੰਮ ਸਾਰਾ ਸ਼ੁਰੂ ਹੋ ਗਿਆ ਇੱਕ ਮੈਂ ਤੇ ਹੋਰ ਦੱਸਣਾ ਚਾਹੁੰਦਾ ਸਾਰਿਆਂ ਨੂੰ ਵੀ ਐਵਰੇਜ ਜਿਹੜਾ ਨਾ ਕੋਈ ਕਿੰਨੇ 400 ਮਿਲੀਅਨ ਲੋਕ ਟਰੈਵਲ ਕਰਦੇ ਹੋਣਗੇ ਬੈਕ ਐਂਡ ਫੋਰਥ ਦੁਨੀਆ ਦੇ ਵਿੱਚ ਕਿਹੜੇ ਕਿਹੜੇ ਹਰ ਮੁਲਕ ਤੋਂ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਜੇ ਵੈਕਸੀਨੇਸ਼ਨ ਨਹੀਂ ਹੋਣੀ ਤੇ ਕਿੰਨੀ ਵੱਡੀ ਪ੍ਰੋਬਲਮ ਹੋਣੀ ਇੱਕ ਟਾਈਮ ਸੀ ਕਿ ਫਾਰ ਇਗਜ਼ਾਮਪਲ ਕਿ ਜੇ ਤੁਸੀਂ A ਤੋਂ B ਕੰਟਰੀ ਜਾਣਾ ਤੁਹਾਨੂੰ ਕਾਰਡ ਉਹ ਖਾਣਾ ਪੈਂਦਾ ਸੀ ਨੇਚਰਲੀ ਤੁਹਾਨੂੰ ਵੈਕਸੀਨੇਸ਼ਨ ਫਿਰ ਵਿੱਚ ਜੀ ਬੰਦ ਹੋ ਗਿਆ ਫਿਰ ਜਦੋਂ ਕੋਵਿਡ 19 ਦਾ ਵੈਕਸੀਨੇਸ਼ਨ ਆਇਆ ਫਿਰ ਤੁਹਾਨੂੰ ਕਾਰਡ ਤੁਹਾਨੂੰ ਕਾਰਡ ਬਣਾਉਣਾ ਪਿਆ ਫਿਰ ਹੁਣ ਤੇ ਸਿਸਟਮ ਹੀ ਬੜਾ ਸੋਹਣਾ ਹੈਗਾ ਵੀ ਤੁਸੀਂ ਸਕੈਨ ਕਰਕੇ ਤੇ ਵਿਖਾ ਦੇਣਾ ਕਿ ਤੁਹਾਨੂੰ ਵੈਕਸੀਨੇਸ਼ਨ ਲੱਗਾ ਕਈ ਮੁਲਕਾਂ ਚ ਵੈਕਟੇ ਨਹੀਂ ਹੈਗੇ ਪਰ ਜੇ ਤੁਸੀਂ ਅੱਜ ਵੀ WHO ਦੀ ਜਿਹੜੀ ਜਿਹੜੀ ਉਹਨਾਂ ਦੇ ਉਹਨਾਂ ਦੀ ਰეკਮੈਂਡੇਸ਼ਨ ਸੀ ਵੀ ਅਸੀਂ 70 80% ਜਿਹੜੇ ਲੋਕ ਨੇ ਉਹਨਾਂ ਨੂੰ ਵੈਕਸੀਨੇਸ਼ਨ ਕਰਨਾ ਕੋਵਿਡ-19 ਉਹ ਗੱਲ ਨਹੀਂ ਉੱਥੋਂ ਤੱਕ ਨਹੀਂ ਪਹੁੰਚਿਆ ਜੇ ਕਈ ਮੁਲਕ ਹੋਣਗੇ ਜਿੱਥੇ ਉਹ ਅਫੋਰਡ ਨਹੀਂ ਕਰ ਸਕੇ ਫਿਰ ਉਸ ਟਾਈਮ ਦੇ ਵਿੱਚ ਜਿੰਨੇ ਪੈਸੇ ਸੀ ਨੇਚਰਲੀ ਜਦੋਂ ਇਹ ਪ੍ਰੋਬਲਮ ਖੜੀ ਹੋ ਗਈ ਕੈਨੇਡਾ ਵਿੱਚ ਤੇ 95 ਮਿਲੀਅਨ ਮੇਰੇ ਖਾਲਜ ਵੈਕਸੀਨੇਸ਼ਨ ਕਰਲੇ ਸੀ ਆਰਡਰ ਲੋਕਾਂ ਦੋ ਤਿੰਨ ਹੋ ਗਏ ਪਹਿਲਾਂ ਇੱਥੇ ਇਹ ਬੜੀ ਖਾਪ ਪਈ ਵੀ ਵੈਕਸੀਨੇਸ਼ਨ ਹੀ ਹੈਗੇ ਜੇ ਜੇ ਵੈਕਸੀਨੇਸ਼ਨ ਆ ਗਏ ਫਿਰ ਕਹਿੰਦਾ ਵੀ ਜਿਆਦਾ ਕਰ ਲਏ ਨੇ ਫਿਰ ਕਹਿੰਦਾ ਵੀ ਇਹ ਘਟ ਗਏ ਨੇ ਆਈ ਥਿੰਕ ਵੀ ਸੈਂਡਡ ਟੂ ਥਰਡ ਵਰਲਡ ਕੰਟਰੀਜ਼ ਟੂ ਯਾ ਨਹੀਂ ਜਿਹੜਾ ওভার ਆਪਣੇ ਕੋਲ ਐਕਸਟਰਾ ਆ ਗਏ ਸੀ ਦੇਖੋ ਇਹ ਜਿਹੜੀ ਨਾ ਟਰਮినੋਲੋਜੀ ਕੋ ਥਰਡ ਸੌਰੀ ਕੋ ਥਰਡ ਜਾਂ ਸੈਕੰਡ ਵਾਲੀ ਗੱਲ ਸਾਨੂੰ ਇਹ ਚੇਂਜ ਕਰਨਾ ਪੈਣਾ ਮਾਈਂਡ ਸੈਟ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦਾ ਆਪਣਾ ਸਟੇਟਸ ਸਟੈਟਸ ਵੀ ਉਹ ਕਿਸ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਨੂੰ ਉਹਨਾਂ ਦੀ ਇਕਨੋਮੀ ਕੇ ਸਭ ਨਾਲ ਚਲਦੀ ਪਈ ਡਰਾਉਟ ਵਾਤਾਵਰਨ ਦਾ ਅਸਰ ਪਿਆ ਉਹਨਾਂ ਕੋਲ ਆਇਲ ਵਾਲਾ ਕੰਮ ਵੀ ਨਹੀਂ ਰਿਹਾ ਸੋ ਇਸ ਕਰਕੇ ਕਈ ਕੰਟਰੀਜ਼ ਨੇ ਜਿਨੂੰ ਆਪਾਂ ਸਮਝਦੇ ਹਾਂ ਪਿੱਛੇ ਰਹ ਉਸ ਤੁਹਾਡੇ ਹੋ ਸਕਦਾ ਅੱਗੇ ਲੰਘ ਲੰਘੀਆਂ ਹੋਣ ਹੁਣ ਸੀ ਇੰਡੀਆ ਨੂੰ ਕਿੰਨਾ ਸਾਰੇ ਲੋਕੀ ਸਮਝਦੇ ਪਹਿਲਾਂ ਤਾਂ ਕੋਈ ਨਾ ਪਤਾ ਇਹ ਸਪਾ ਦਾ ਇਹ ਮੁਲਕੇ ਤੇ ਬੀਨ ਤੇ ਬੀਨ ਵਜਾਣ ਵਾਲਿਆਂ ਦਾ ਲੁੱਕ ਐਟ ਦੈ ਕਿ ਕੀ ਹੋਇਆ ਉੱਥੇ ਕਿਸ ਹਿਸਾਬ ਨਾਲ ਉਹਨਾਂ ਨੇ ਨਾੜ ਕੇ ਵੈਕਸੀਨੇਸ਼ਨ ਪ੍ਰੋਡਿਊਸ ਕੀਤੇ ਨੇ ਬਾਕੀਆਂ ਨੂੰ ਵੀ ਆਫਰ ਕੀਤੇ ਨੇ ਇਸ ਤਰੀਕੇ ਨਾਲ ਕੱਲਾ ਚਾਈਨਾ ਨੇ ਜਾਂ ਦੂਜੀਆਂ ਕੰਟਰੀਆਂ ਨੇ ਵੀ ਸੇਮ ਕੰਮ ਕੀਤਾ ਪਰ ਕੈਨੇਡਾ ਦੀ ਕੰਟਰੀਬਿਊਸ਼ਨ ਹਮੇਸ਼ਾ ਅੱਗੇ ਰਹੀ ਹੈ ਫਿਰ ਵੀ ਭਾਵੇਂ ਆਪਾਂ ਜਿੰਨਾ ਮਰਜੀ ਲੋਕ ਆਪ ਕੀ ਵਾਰੀ ਕੰਟਰੈਡੀਕਟ ਕਰਨ ਵੀ ਆ ਕੀ ਕਰਤਾ ਉਹ ਕੀ ਕਰਤਾ ਪੈਸੇ ਪੈਸੇ ਵੰਡਦੇ ਨੇ ਬਾਹਰ ਦੇ ਰਹੇ ਪਰ ਨੇਚਰਲੀ ਜੇ ਤੁਸੀਂ ਸੰਸਾਰ ਦੇ ਵਿੱਚ ਰਹਿਣਾ ਤੇ ਤੁਹਾਨੂੰ ਹੈਲਪ ਤੇ ਕਰਨੀ ਪੈਣੀ ਹੈ ਨਾ ਜਦੋਂ ਤੁਹਾਨੂੰ ਜਰੂਰਤ ਹੈ ਤੁਹਾਡੀ ਬਾਕੀ ਹੈਲਪ ਕਰਦੇ ਨੇ ਸੋ ਤੁਹਾਨੂੰ ਸੋ ਡਾਕਟਰ ਸਾਹਿਬ ਆਪਣੇ ਜਿਵੇਂ ਤੁਸੀਂ ਕਿਹਾ ਹੈ ਆ ਹੈਲਥ케ਅਰ ਜਿਹੜਾ ਆਪਣੇ ਬਰਿਸ਼ ਕਲੰਬੀਆ ਸੇ প্রভਿਨਸ਼ਲ ਜਰਸਡਿਕਸ਼ਨ ਹੈਗਾ ਕਾਫੀ ਸਟ੍ਰੈਚਡ ਟੂ ਅ ਲਿਮਿਟ ਮਤਲਬ ਖਾਸ ਕਰਕੇ ਸਰੀ ਮੈਮੋਰੀਅਲ ਹਸਪੀਟਲ ਜਿਹੜੋਂ ਅਮਰਜੈਂਸੀ ਡਾਕਟਰਸ ਜਿਹੜੇ ਆ ਮਤਲਬ ਮੁਜਾਰਾ ਕਰਨ ਲੱਗ ਪੈਣ ਤੇ ਟੀਵੀ ਦੇ ਜਾ ਕੇ ਡਾਕਟਰ ਰਣਦੀਪ ਗਿੱਲ ਵੈਰੀ ਆਊਟਸਪੋਕਨ ਪਰਸਨ ਜਦੋਂ ਉਹ ਕਹਿਣ ਵੀ ਵੀ ਆਰ ਸਟ੍ਰੈਚਡ ਟੂ ਅ ਲਿਮਿਟ ਤੁਸੀਂ ਬੀਇੰਗ ਅ ਬੀਇੰਗ ਅ ਫਿਜੀਸ਼ੀਨ ਮਤਲਬ ਇਜ਼ ਦਾ ਸਿਸਟਮ ਬਰੋਕਨ ਦੇਖੋ ਮੈਂ ਇਸ ਚੀਜ਼ ਦੇ ਵਿੱਚ ਪੋਲਿਟਿਕਲੀ ਕਮੈਂਟ ਨਹੀਂ ਕਰਨਾ ਕਿਉਂਕਿ ਆਮ ਆਊਟ ਆਫ ਦਿਸ ਗੇਮ ਕਿਉਂਕਿ ਮੇਰੇ ਮੇਰੇ ਜਿਹੜੇ ਥਿਊ ਨੇ ਉਹ ਬੜੇ ਹੋਰ ਤਰ੍ਹਾਂ ਦੇ ਨੇ ਡਿਫਰੈਂਟ ਥਿਊ ਨੇ ਮੈਂ ਕੋਈ ਵੀ ਚੀਜ਼ ਨੂੰ ਖਾਲੀ ਗਲਾਸ ਨਹੀਂ ਵੇਂਦਾ ਵੀ ਅੱਧਾ ਭਰਿਆ ਮੈਂ ਵੀ ਅੱਧਾ ਖਾਲੀ ਹੈ ਮੈਂ ਅੱਧਾ ਭਰਿਆ ਆਲਵੇਜ਼ ਸੀ ਹਾਫ ਫੁਲ ਹਾਪੇ ਇਹਨੂੰ ਕੁਝ ਨਾ ਕੁਝ ਹੈਗਾ ਮੈਂ ਵੀ ਦੇਖਦਾ ਕਿ ਥਿੰਕ ਪੋਜ਼ਿਟਿਵ ਪੋਜ਼ਿਟਿਵਲੀ ਵੀ ਦੇਖੋ ਸਿਸਟਮ ਨੂੰ ਚੇਂਜ ਕਰਨ ਵਾਸਤੇ ਟਾਈਮ ਲੱਗਦਾ ਹਸਪੀਟਲ ਇੱਕ ਹਫ਼ਤੇ 'ਚ ਤਿਆਰ ਨਹੀਂ ਹੋਣਾ ਘਰ ਬਣਾਉਣ ਵਾਸਤੇ 2 ਤੋਂ 3 ਸਾਲ ਲੋਕ ਇਟਸ ਯੂ ਯੂ ਮੇਡ ਯੂਰ ਹਾਊਸ ਐਂਡ ਇਸ ਕਿਨੇ ਸਾਲ ਲੱਗੇ 3 ਸਾਲ 3 3 ਸਾਲ ਹਸਪੀਟਲ ਬਣਾਉਣ ਨੂੰ 5 ਤੋਂ 7 ਸਾਲ ਈਜ਼ੀ ਮਾਮੂਲੀ ਗੱਲ ਹੈ ਹੋ ਸਕਦਾ ਜਿਆਦਾ ਵੀ ਲੱਗਨ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜਾ ਸਿਸਟਮ ਦੇ ਵਿੱਚ ਜਿਹੜੀ ਸੀ ਨਾ ਮੈਨ ਪਾਵਰ ਜਾਂ ਜਾਂ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲ ਸੀ ਉਹਨਾਂ ਦੀ ਗਿਣਤੀ ਪਾਪੂਲੇਸ਼ਨ ਦੇ ਸਾਬ ਨਾਲ ਨਹੀਂ ਵਧੀ ਉਦੋਂ ਮੁਸ਼ਕਲ ਆ ਗਈ ਫਿਰ ਲੋਕੀ ਕਈ ਕੋਵਿਡ-19 ਦੇ ਟਾਈਮ ਚ ਲੋਕੀ ਆਪਣੇ ਕੰਮ ਛੱਡ ਕੇ ਚਲੇ ਗਏ ਫਿਰ ਇਹਨਾਂ ਨੇ ਦੁਬਾਰਾ ਬੁਲਾ ਲਏ ਸੋ ਹੁਣ ਜਿਹੜਾ ਬੀਸੀ ਦੇ ਵਿੱਚ ਓਵਰ ਆਲ ਜੇ ਤੁਸੀਂ ਵੇਖੋ ਨਾ ਜਿਹੜਾ ਸਿਸਟਮ ਹੈਗਾ ਕਿ ਜਿੰਨਾ ਮੇਰੇ ਖਿਆਲ 30 ਜਾਂ 40% ਤਕਰੀਬਨ ਬਜਟ ਖਰਚ ਕਰਦੇ ਆ ਜੇ ਤੁਸੀਂ 40% ਬਜਟ ਦੇ ਵਿੱਚ ਵੀ ਆਪਾਂ ਬਹੁਤੇ ਖੁਸ਼ ਨਹੀਂ ਤੇ ਫਿਰ ਗਰਬੜ ਹੋਣੀ ਮੈਨੂੰ ਤੁਸੀਂ ਦੱਸੋ ਵੀ ਕੋਈ ਐਗਜ਼ਾਮਪਲ ਲੱਭੀ ਆਪਾਂ ਕਿ ਕਿਸੇ ਨੂੰ ਕੈਂਸਰ ਦੀ ਟ੍ਰੀਟਮੈਂਟ ਜੇ ਕੋਈ ਨਹੀਂ ਮਿਲੇ ਤੋ ਫਿਰ ਗੱਲ ਕਰੋ ਜੇ ਸਮਝੋ ਵੀ ਕਿਸੇ ਨੂੰ ਹਾਰਟ ਅਟੈਕ ਹੋਇਆ ਤੇ ਉਹ ਬੰਦੇ ਨੂੰ ਘਰ ਆ ਪਹੇਤਾ ਫਿਰ ਗੱਲ ਕਰੋ ਜੇ ਸਮਝੋ ਵੀ ਜੇ ਕੋਈ ਮੇਜਰ ਆਪਰੇਸ਼ਨ ਹੈ ਤੇ ਤੁਹਾਨੂੰ ਘਰ ਭੇਜਤਾ ਹੁਣ ਅਮਰਜੈਂਸੀ ਦੇ ਵਿੱਚ ਥੋੜਾ ਜਿਹਾ ਸਟ੍ਰੀਮ ਲਾਈਨ ਕਰਨਾ ਪੈਣਾ ਹੈ ਕਈ ਕੰਮ ਅਰਜੈਂਟ ਕੇਅਰ ਹੋ ਸਕਦੇ ਨੇ ਕਈ ਫੈਮਿਲੀ ਡਾਕਟਰ ਕਰ ਸਕਦੇ ਨੇ ਕਈ 811 ਵਗੈਰੇ ਕਰ ਸਕਦੇ ਨੇ 911 9 ਜਿਹੜਾ ਨੰਬਰ ਹੈ ਉਹ ਕਰ ਸਕਦੇ ਨੇ ਸੋ ਥੋੜਾ ਜਿਹਾ ਮੋਡੀਫਾਈ ਕਰਨਾ ਪੈਣਾ ਕੰਪਰੀਹੈਂਸਿਵ ਹੈਲਥ ਕੇਅਰ ਡਾਕਟਰ ਇਜ਼ ਨਾਟ ਦੀ ਓਨਲੀ ਆਨਸਰ ਵੀ ਪੀ ਡਾਕਟਰ ਪਤਾ ਨਹੀਂ ਇਹਨੇ ਕੀ ਕਰ ਦੇਣਾ ਬਾਕੀਆਂ ਦਾ ਰੋਲ ਵੀ ਹੈਗਾ ਕੰਪਲੀ ਹੋਣ ਕਲੀਨਿਕਸ ਖੋਲਦੇ ਨੇ ਨਰਸ ਪ੍ਰੈਕਟਿਸ਼ਨਰਸ ਆ ਗਈਆਂ ਫਿਜ਼ੀਓਥੈਰੇਪਿਸਟ ਅਨਦਰ ਰੋਲ ਵਾਚ ਹੁਣ ਤਾਂ ਫਾਰਮਾਸਿਸਟ ਨੂੰ ਵੀ ਫਾਰਮੇਸੀ ਦਾ ਰੋਲ ਵਧ ਗਿਆ ਥੋੜਾ ਜਿਹਾ ਇਹ ਪਹਿਲਾਂ ਕਰਦੇ ਸੀ ਸ਼ਾਇਦ ਇਹ ਪ੍ਰੋਬਲਮ ਨਾ ਹੁੰਦੀਆਂ ਪਰ ਪ੍ਰੋਗਰੈਸ ਨੂੰ ਦੇਖੋ ਵੀ ਰੋਹ ਦਿਹਾੜੀ ਆਪਾਂ ਅੱਗੇ ਨਾਰੇ ਮਾਰਨਾ ਗੱਲ ਨਹੀਂ ਬੰਨੀ ਇਹ ਹਰ ਇੱਕ ਦਾ ਆਪ ਆਪਣਾ ਥੀਓ ਹੈ ਹੋ ਸਕਦਾ ਕੋਈ ਈਵਨ ਜਦੋਂ ਮੈਂ ਇਸ ਕੰਮ ਦੇ ਵਿੱਚ ਐਕਟਿਵ ਸੀ ਦੂਜੇ ਕੰਮ 'ਚ ਉਦੋਂ ਵੀ ਮੈਂ ਸੋਚ ਕੇ ਗੱਲ ਕਰਦਾ ਸੀ ਵੀ ਇਹ ਤੁਸੀਂ ਇਹ ਐਗਜ਼ਾਮਨ ਦੇ ਕਰੋ 5.8 ਮਿਲੀਅਨ ਲੋਕ ਨੇ ਬੀਸੀ ਦੇ ਵਿੱਚ ਉਹਨਾਂ ਦੀ ਹਸਪਤਾਲ ਦਾ ਵੀ ਬਣਾਣਾ ਇਨਫਰਾਸਟ੍ਰਕਚਰ ਸਕੂਲਸ ਵੀ ਬਣਾਣੇ ਪੈਣੇ ਨੇ ਸੜਕਾਂ ਬਣਾਣੀਆਂ ਪੈਣੀਆਂ ਨੇ ਹੋਰ ਸਿਸਟਮ ਸੈੱਟ ਕਰਨਾ ਪੈਣਾ ਡਰਾਈਵਿੰਗ ਲੈਸਨ ਵਾਸਤੇ ਜਗ੍ਹਾ ਖੋਲ੍ਹੀਆਂ ਪੈਣੀਆਂ ਸੋਸ਼ਲ ਸਰਵਿਸ ਦੀ ਜਗ੍ਹਾ ਖੋਲ੍ਹੀਆਂ ਪੈਣੀਆਂ ਮੈਂਟਲ ਹੈਲਥ ਇੰਸਟੀਚਿਊਸ਼ਨ ਨੂੰ ਵਧਾਣਾ ਪੈਣਾ ਮੈਂਟਲ ਹੈਲਥ ਸਪਰਿਡ ਐਰੀਆਸ ਐਕਸਪੈਂਡ ਕਰਨਾ ਪੈਣਾ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਇਹਨੂੰ ਥੋੜਾ ਜਿਹਾ ਖੋਲ ਕੇ ਖੋਲ ਕੇ ਦਿਮਾਗ ਤੋਂ ਸੋਚਣਾ ਪੈਣਾ ਪਰ ਟਾਈਮ ਕਈ ਹੁੰਦਾ ਵੀ ਕਿ ਤੁਸੀਂ ਹਰ ਚੀਜ਼ ਨੂੰ ਥੋੜਾ ਜਿਹਾ ਟਾਈਮ ਦੇਣਾ ਪੈਣਾ ਮੇਰੇ ਹਿਸਾਬ ਨਾਲ ਤੇ ਜੇ ਤੁਸੀਂ ਇਸ ਚੀਜ਼ ਨੂੰ ਵੀ ਕੱਲ ਨੂੰ ਕਿਸੇ ਨੇ ਵੀ ਕੋਈ ਸਰਕਾਰ ਵੀ اے ਬੀ ਸੀ ਡੀ ਕਿਸੇ ਦਾ ਵੀ ਕਰ ਲੋ ਉਹੀ ਇਹੋ ਕੋਈ ਚੱਲਣਾ ਟਾਈਮ ਲੱਗ ਲੱਗ ਲੱਗਣਾ ਗੱਲ ਤੇ ਆ ਵੀ ਜਿਹੜੀ ਹੁਣ ਜਿਹੜਾ ਪ੍ਰੋਗਰਾਮ ਕਰਨ ਦੀ ਜਰੂਰਤ ਹੈ ਜਿਹੜੀ ਗੱਲ ਕਰਨੀ ਚਾਹੀਦੀ ਹੈ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਕਿੰਨੇ ਤਿਆਰ ਬੈਠੇ ਗੱਲਾਂ ਤੇ ਗੱਲਾਂ ਸਰਕਾਰ ਨੇ ਕੀਤੀਆਂ ਚੰਗੀਆਂ ਗੱਲਾਂ ਵੀ ਕੀਤੀਆਂ ਕਰਨਾ ਕਰਨਾ ਵੀ ਚਾਹੁੰਦੇ ਨੇ ਪਰ ਫਿਰ ਵੀ ਅਜੇ ਮੈਂ ਇਹਨਾਂ ਨੂੰ ਕਹਿਣਾ ਵੀ ਪ੍ਰੋਗਰਾਮ ਥੋੜੇ ਐਕਸਪੈਂਡ ਕਰੋ ਯੂਬੀਸੀ ਐਸਐਫਯੂ ਦੇ ਵਿੱਚ ਮੈਡੀਕਲ ਸਿਸਟਮ ਨੂੰ ਅਪਣਾ ਲਿਆ ਰਹੇ ਨੇ ਪਰ 2 ਸਾਲਾਂ ਦਾ ਸ਼ਾਰਟ ਟਰਮ ਪ੍ਰੋਗਰਾਮ ਐਸਟੈਬਲਿਸ਼ ਕਰ ਲੋ ਜਿਹੜੇ ਆਲਰੇਡੀ ਗ੍ਰੈਜੂਏਟ ਨੇ 2 ਸਾਲਾਂ ਨਹੀਂ ਉਹਨਾਂ ਨੂੰ ਇੰਟਰਨਸ਼ਿਪ ਦਿਓ ਗਿਵ them the license ਆਪਣੀ ਕੰਮ ਕਰਨ ਜਾ ਕੇ ਉਹ ਬੈਠੇ ਨੇ ਘਰ ਦੇ ਵਿੱਚ ਉਹ ਫਰਸਟ੍ਰੇਟਡ ਹੋਏ ਨੇ ਤੇ ਤੁਸੀਂ ਇਹ ਸਮਝਦੇ ਹੋ ਵੀ ਇੱਕ ਬੰਦਾ ਪ੍ਰੋਫੈਸਰ ਆਫ ਪਰ ਇਹ ਡਾਕਟਰ ਸਾਹਿਬ ਬਿਊਰੋਕਰੇਸੀ ਬਬ ਮਤਲਬ ਐਵਰੀ ਦੇ ਟੇਕਸ ਅ ਟਾਈਮ ਤੁਸੀਂ ਸੋਚੋ ਵੀ ਪ੍ਰੋਫੈਸਰ ਆਫ ਮੈਡੀਸਨ ਹੋਏ ਕੋਈ ਦਿੱਲੀ ਦੇ ਵਿੱਚ ਤੁਹਾਡਾ ਆਪਰੇਸ਼ਨ ਕਰਦਾ ਪਿਆ ਤੇ ਤੁਸੀਂ ਕਹੋ ਵੀ ਹੁਣ ਕੈਨੇਡਾ ਵਿੱਚ ਆ ਗਿਆ ਤੇ ਬੰਦਾ ਫਿੱਟ ਨਹੀਂ ਹੈਗਾ ਤੇ ਗਲਤੀ ਨਾ ਬੰਦੀ ਜਿਹੜਾ ਸਕਿੱਲ ਸੈਟ ਹੈ ਤੁਹਾਨੂੰ ਉਹਨੂੰ ਮਾਨੀਟਰ ਕਰਕੇ ਉਹਨਾਂ ਨੂੰ ਡੈਫੀਨਟਲੀ ਤੁਹਾਨੂੰ ਓਰੀਐਂਟੇਸ਼ਨ ਕਰਨੀ ਪੈਂਦੀ ਹੈ ਸਿਸਟਮ ਬਾਰੇ ਐਕਸਪਲੇਨ ਕਰਨਾ ਪੈਂਦਾ ਕਿਉਂਕਿ ਇਹ ਤੇ ਇਕੱਲਾ ਤੇ ਹੈ ਨਹੀਂ ਵੀ ਡਾਕਟਰ ਨੂੰ ਫਿੱਟ ਕਰਤਾ ਤੇ ਸਾਰਾ ਕੰਮ ਚੱਲ ਜਾਣਾ ਬਾਕੀ ਸਰਵਿਸਿਜ਼ ਨੇ ਲੈਬਸ ਤੋਂ ਐਕਸਪੈਂਡ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਹਰ ਡਾਕਟਰ ਦਾ ਉਹਨਾਂ ਦਾ ਆਪਣਾ ਨਹੀਂ ਫੀਸ ਦਾ ਖਰਚਾ ਜਿਹੜਾ ਬਾਕੀ ਇਕੱਲਾ ਦਾ ਖਰਚਾ ਉਹ ਲੋਕ ਉਹ ਨੋਟ ਨਹੀਂ ਕਰਦੇ ਲੋਕ ਕਿੰਨਾ ਹੁੰਦਾ ਇੱਕ ਡਾਕਟਰ ਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਇਸ ਆਪਾਂ ਦੇ ਬਲੂ ਬੁੱਕ ਤੋਂ ਵੇਖ ਲੈਨੇ ਆ ਵੀ ਇਹਨੇ ਔਰ 3 ਲੱਖ ਬਣਾਇਆ 4 ਲੱਖ ਬਣਾਇਆ ਇਹ ਪਰ ਉਹਦੇ ਨਾਲ ਕਈ ਇਸ਼ੂਜ਼ ਨੇ ਪਰ ਓਵਰ ਆਲ ਜੇ ਤੁਸੀਂ ਵੇਖੋ ਜਿਹੜੀ ਫਿਜ਼ੀਸ਼ੀਨ ਦੀ ਜਰਨਲ ਮੈਡੀਸਨ ਦੀ ਫੈਮਿਲੀ ਮੈਡੀਸਨ ਵਾਸਤੇ ਜਿਹੜਾ ਹੁਣ ਪੈਕੇਜ ਹੈਗਾ ਪੈਕੇਜ ਆਪਾਂ ਲੋਕ ਸਭੀ ਨੇ ਸਿੱਧਾ ਜਿਹੜਾ ਪੈਕੇਜ ਹੈ ਬੀਸੀ ਦੇ ਵਿੱਚ ਉਹਦੀ ਉਹਦਾ ਕੋਈ ਕੰਪੀਟੀਸ਼ਨ ਨਹੀਂ ਕੈਨੇਡਾ ਵਿੱਚ ਹੁਣ ਸਾਰੀ ਚੀਜ਼ ਦਾ ਪ੍ਰਾਪਰ ਤਰੀਕੇ ਨਾਲ ਮਿਲਦਾ ਪਿਆ ਬੱਚਿਆਂ ਨੂੰ ਕੋ ਵੀ ਵਾਪਸ ਆ ਜਾਣ ਇੰਗਲੈਂਡ ਤੋਂ ਵਾਪਸ ਆ ਜਾਓ ਅ ਯੂ ਐਸ ਤੋਂ ਵਾਪਸ ਆ ਜੋ ਇੰਡੀਆ ਤੋਂ ਜਿਹੜੇ ਗਏ ਸੀ ਕਈ ਫਰਸਟ੍ਰੇਟਡ ਹੋ ਕੇ ਵਾਪਸ ਆ ਜੋ ਯੂ ਕੇ ਵਿੱਚ ਬਹੁਤ ਲੋਕ ਗਏ ਨੇ ਆਸਟ੍ਰੇਲੀਆ ਚ ਗਏ ਨੇ ਜਦੋਂ ਪੈਸੇ ਪੈਸੇ ਇੱਥੋਂ ਖਰਚ ਕੇ ਤੁਹਾਡੇ ਮਾਪੇ ਨੇ ਭੇਜਿਆ ਤੁਸੀਂ ਉੱਥੇ ਜਾ ਕੇ ਫਸ ਗਏ ਫਿਰ ਫੇ ਅਸੀਂ ਆਉਣਾ ਨਹੀਂ ਤਾਂ ਫਿਰ ਇਹ ਜਿਹੜੀਆਂ ਗੱਲਾਂ ਨੇ ਨਾ ਹੁਣ ਸਰਕਾਰ ਨੇ ਹਰ ਬੰਦੇ ਨੂੰ ਤਾਂ ਫੜ ਕੇ ਨਹੀਂ ਲਿਆਉਣਾ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਚੀਜ਼ ਨੂੰ ਪਬਲਿਕ ਇਸ ਤਰੀਕੇ ਨਾਲ ਇਹਦਾ ਪ੍ਰਚਾਰ ਕਰੀਏ ਕਿ ਸਿਸਟਮ ਨੂੰ ਹੈਲਪ ਕਰੀਏ ਸਿਸਟਮ ਦੇ ਵਿੱਚ ਹਿੰਡਰੈਂਸ ਨਹੀਂ ਪਾਣ ਦੀ ਜ਼ਰੂਰਤ ਲੱਭਣ ਲਈ ਤੇ ਉਸ ਤਰ੍ਹਾਂ ਤੁਸੀਂ ਦੇਖ ਲਓ ਵੀ ਆਪਾਂ ਕਿੰਨੀਆਂ ਗੱਲਾਂ ਨੇ ਸਰੀ ਦੇ ਵਿੱਚ ਤੇ ਜੇ ਤੁਸੀਂ ਘਰ ਜਾਂ ਲਗੀਆਂ 20 ਮਿੰਟਾਂ ਚ 50 ਪ੍ਰੋਬਲਮ ਹੈ ਤੁਸੀਂ ਨੋਟ ਕਰ ਸਕਦੇ ਹੋ ਪਰ ਕਰ ਕਰ ਕੀ ਸਕਦੇ ਹੋ ਯੈਸ ਯੈਸ ਸੋ ਇਹ ਤਾਂ ਸਾਰੇ ਕੋਰਟ ਹਾਲਸ ਰੋਡਸ ਆਰ ਬ੍ਰੋਕਨ ਟਰੈਫਿਕ ਇਜ਼ ਕੰਜਸਟਿਡ ਇੱਕ ਕਿਸਮ ਇਹ ਦੇਖਿਆ ਵੀ ਸਾਰੀ ਦੁਨੀਆ ਦੇ ਵਿੱਚ ਸੜਕ ਰਾਤ ਨੂੰ ਠੀਕ ਕਰਨਗੇ ਸਵੇਰ ਨੂੰ ਲੱਗੇ ਹੁੰਦੇ ਨੇ ਤੇ ਲੋਕਾਂ ਨੇ ਕੰਮ ਤੇ ਜਾਣਾ ਵੀ ਤੁਸੀਂ ਭੜੇ ਲੋਕੋ ਵੇਖਤ ਲੋ ਵੀ ਕਿਰਨੇ ਕੰਮ ਤੇ ਵੀ ਜਾਣਾ ਤੁਸੀਂ ਬਾਅਦ ਚ ਖੜੇ ਹੋ ਕੋਈ ਕੋਈ ਪਰ ਕੋਈ ਟਾਈਮ ਨਹੀਂ ਆਗਾ ਕਿਉਂਕਿ ਮੈਂ ਸ਼ਾਰਟੇਜ ਬੜੀ ਹੈ ਸੜਕਾਂ ਜ਼ਿਆਦਾ ਦੀ ਜ਼ਰੂਰਤ ਪੈ ਗਈ ਹੈ ਬੰਦੇ ਯੂਜ਼ ਕਰਦੇ ਪਏ ਨੇ ਹੰਡਰਡਸ ਆਫ ਕਾਰਸ ਵਧ ਵਧ ਗਈਆਂ ਇਤਨੀ ਕੱਲਾ ਵੀ ਇਨਫਰਾਸਟਰਾਕਚਰ ਹੁਣ ਜਦੋਂ ਹਾਊਸਿੰਗ ਬਣਨੀ ਹੈ ਹਾਊਸਿੰਗ ਕੱਲੇ ਹਾਊਸ ਤੇ ਨਹੀਂ ਖੜਾ ਕਰ ਦੇਣਾ ਇਹ ਨਾਲ ਉਹਦੀਆਂ ਦੋ ਬੇਸਮੈਂਟ ਨੇ 6 ਕਾਰਾਂ ਵਿੱਚ ਐਡ ਕਰ ਲਓ 4 ਕਰਤੀਆਂ 10 ਕਾਰਾਂ ਦਾਸ ਕਰਾਂ ਤੁਸੀਂ ਕਿਤੇ ਕਰਨੀਆਂ ਖੜੀਆਂ ਦੇ ਨੀਡ ਸਕੂਲਸ ਦੇ ਨੀਡ ਪਾਰਕਸ ਦੇ ਨੀਡ ਯੂ ਨੋ ਰੀਕ੍ਰੀਏਸ਼ਨ ਸੈਂਟਰਸ ਨੋ ਨੋ ਦੇ ਆਲਸੋ ਨੀਡ ਸ਼ੋਪਿੰਗ ਸੈਂਟਰਸ ਯਾ ਸੋ ਡਾਕਟਰ ਸਾਹਿਬ ਆਪਣੇ ਕੋਲੇ ਦੋ ਤਿੰਨ ਮਿੰਟ ਹੋਰ ਰਹਿ ਗਏ ਆ ਆਪਾਂ ਕਾਫੀ ਮੁੱਦਿਆਂ ਤੇ ਗੱਲ ਕੀਤੀ ਆਲਵੇਜ਼ ਜਦੋਂ ਤੁਸੀਂ ਆਉਂਦੇ ਆ ਆਪਣੀ ਖੁੱਲ ਕੇ ਗੱਲਾਂ ਬਾਤਾਂ ਹੁੰਦੀਆਂ ਵਾਈਡ ਰੇਂਜ ਆਫ ਟਾਪਿਕਸ ਤੇ ਪ੍ਰੋਵਿੰਸ਼ੀਅਲ ਮੇਰਾ ਲਾਸਟ ਕੁਐਸਚਨ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਰਹੇ ਆ ਤੇ ਉਸ ਤੇ ਰਾਈਟ ਨਾ ਹਰੇ ਤਾਂ ਐਨ ਡੀ ਪੀ ਦਾ ਜੋਰ ਹੈ ਬਿਕੋਜ਼ ਬੀਸੀ ਕਨਜ਼ਰਵੇਟਿਵ ਬੀਸੀ ਪ੍ਰੋਵਿੰਸ਼ਲ ਲਿਬਰਲਸ ਨਾਲ ਥੋੜਾ ਵਾਸਤਾ ਰਿਹਾ ਹੈ ਨਾਉ ਦੇ ਕਾਲਡ ਬੀਸੀ ਯੂनाइटेड ਇਹ ਪ੍ਰੋਵਿੰਸ਼ਲ ਜਿਹੜੀ ਪੋਲਿਟਿਕਸ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੋਈ ਇਸ ਟਾਈਮ ਦੇ ਵਿੱਚ ਬੜਾ ਜਿਹੜੀ ਨਾ ਓਵਰਆਲ ਜਿਹੜਾ ਸਿਸਟਮ ਹੈ ਠੀਕ ਚੱਲਦਾ ਪਿਆ ਡਿਸਰਪਸ਼ਨ ਜਿਹੜੀ ਹੈ ਨਾ ਡਿਫਿਕਲਟ ਟਾਈਮ ਦੇ ਵਿੱਚ ਡਿਸਰਪਸ਼ਨ ਕਰਨੀ ਕੋਈ ਬੜੀ ਚੰਗੀ ਗੱਲ ਨਹੀਂ ਹੁੰਦੀ ਕੰਪਲੇਨ ਕਰਨਾ ਪਰ ਉਹਦਾ ਜਰਾ ਅਲਟਰਨੈਟਿਵ ਲੋਕਾਂ ਨੇ ਵੇਖਣਾ ਪਿਆ ਵੀ ਕਿਹੜੇ ਪਾਸੇ ਜਾ ਰਿਹਾ ਤੇ ਤੁਸੀਂ ਜਿਹੜੀ ਪਰਫਾਰਮੈਂਸ ਦੇਖਣੀ ਪੈਣੀ ਤੁਹਾਨੂੰ ਕੈਨੇਡਾ ਦੇ ਵਿੱਚ ਸਰਕਾਰ ਦੀ ਕੀ ਪਰਫਾਰਮੈਂਸ ਹੈ ਕਿਸ ਤਰੀਕੇ ਨਾਲ ਲੋਕੀ ਰਿਲੇਟ ਕਰਦੇ ਪਏ ਨੇ ਬਟ ਆਈ ਥਿੰਕ ਜੇ ਤੁਸੀਂ ਨੋਟ ਕਰੋ ਵੀ ਜਿਹੜੀ ਹੈ ਨਾ ਪ੍ਰੋਗਰੈਸਿਵ ਜਿਹੜੀਆਂ ਗਵਰਨਮੈਂਟਸ ਨੇ ਉਹ ਹੀ ਕਾਮਯਾਬ ਨੇ ਇਹ ਪ੍ਰੋਗਰੈਸਿਵ ਗਵਰਨਮੈਂਟ ਹੈ ਇਹ ਕਾਮਯਾਬ ਨੇ ਇਹ ਲੋਕਾਂ ਨਾਲ ਕਨੈਕਸ਼ਨ ਨੇ ਇਹਨਾਂ ਦੇ ਵਿੱਚ ਕਦੀ ਕਿੰਨੀ ਵਾਰੀ ਲੋਕਾਂ ਨੂੰ ਜੋ ਵੀ ਕੰਮ ਇਹਨੇ ਕਰਨਾ ਕਰਦੇ ਪਏ ਨੇ ਪਰ ਕਦੀ ਤੁਸੀਂ ਇਹਨਾਂ ਕੋਲ ਸੁਣਿਆ ਵੀ ਆਹ ਕੰਮ ਨਹੀਂ ਹੋ ਸਕਦਾ ਵੀ ਅਸੀਂ ਅਸੀਂ ਚਲੇ ਜਾਓ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ ਕਦੀ ਸੁਣਿਆ ਦਗਬਾ ਤੇ ਸੌਂਦੇ ਪਏ ਨੇ ਪਰ ਕੱਲ ਇਹ ਬੰਦੀ ਹੈ ਕਿ ਓਵਰ ਆਲ ਜਿਹੜਾ ਨਾ ਡਿਫਿਕਲਟ ਪੀਰੀਅਡ ਦੇ ਵਿੱਚ ਜਿਹੜੀ ਇਹ ਨਾ ਤੁਹਾਨੂੰ ਲੈਣ ਦੀ ਚੇਂਜ ਕਰਨੀ ਚਾਹੀਦੀ ਤੁਸੀਂ ਡਾਕਟਰ ਸਾਹਿਬ ਪੋਲਿਟਿਕਸ ਜਿਹੜੇ ਤੁਹਾਡਾ ਵਿਚਾਰ ਪ੍ਰੋਵਿੰਸ਼ਲੀ ਜਾਂ ਫੈਡਰਲੀ ਰਨ ਕਰਨ ਦਾ ਕੁਈ ਰਤਾ ਐਬਸੋਲੂਟਲੀ ਨਾ ਮੈਂ ਆਪਣੀ ਸਰਵਿਸ ਕਰ ਕਰ ਚੁੱਕਾ ਮੈਂ ਪਿਛਲੀ ਵਾਰੀ ਮੇਰੇ ਦੋਸਤ ਐਡਰੀਅਨ ਵਿਲਕਿੰਸਨ ਉਹਨਾਂ ਦੇ ਨਾਲ ਮੈਂ ਹੋ ਗਿਆ ਖੜਾ ਪਰ ਮੈਨੂੰ ਬਾਅਦ ਚ ਸਮਝ ਆਈ ਵੀ ਜਨਾਨੀ ਮੈਨੂੰ ਖੜਾ ਕੀਤਾ ਉਹ ਮੈਨੂੰ ਹਰ ਹਰਾਨ ਲਈ ਮੈਨੂੰ ਖੜਾ ਕਰਦਾ ਸੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਹੁੰਦੀ ਜੀ ਮौजਾ ਕਰੋ ਪਰ ਹਰ ਜਿੱਤ ਦੀ ਨਹੀਂ ਗੱਲ ਹੁੰਦੀ ਅਸੂਲਾਂ ਦੀ ਗੱਲ ਹੁੰਦੀ ਹੈ ਹਰ ਚੀਜ਼ ਦਾ ਟਾਈਮ ਹੁੰਦਾ ਸਾਡਾ ਤੇ ਮੇਰਾ ਤੇ ਤੁਹਾਡਾ ਟਾਈਮ ਹੈ ਪਿੱਛੇ ਮੈਂ ਦਾ ਬੱਚਿਆਂ ਨੂੰ ਕਰੀਏ ਅੱਗੇ ਹੋਰ ਲੋਕਾਂ ਦਾ ਵੀ ਦਿਮਾਗ ਹੈਗਾ ਉਹਨਾਂ ਨੂੰ ਚਾਂਸ ਦਿਓ ਤੇ ਸਾਨੂੰ ਅਸੀਂ ਜਿੱਥੇ ਵੀ ਕੋਈ ਸਾਨੂੰ ਪਿਆਰ ਸਤਿਕਾਰ ਨਾਲ ਗੱਲਬਾਤ ਕਰੇਗਾ ਅਸੀਂ ਉਹਨਾਂ ਨਾਲ ਤੁਰਾਂਗੇ ਪਰ ਕੋਈ ਪੋਲੀਟੀਕਲ ਅਫੀਲੀਏਸ਼ਨ ਮੇਰੀ ਨਹੀਂ ਹੈਗੀ ਮੈਂ ਮੈਂਬਰ ਨਹੀਂ ਹੈਗਾ ਪ੍ਰਵਿੰਸ਼ੀਅਲ ਕਿਸੇ ਪਾਰਟੀ ਦਾ ਨਾ ਹੀ ਮੈਂ ਬੰਨਾ ਕਿਉਂਕਿ ਮੈਂ ਤਿੰਨ ਇਸ ਕੰਮ 'ਚ ਨਹੀਂ ਆਉਣਾ ਹੁਣ ਆਪਾਂ ਫੇਰ ਆਪਾਂ ਗੱਲ ਕਿਸ ਤਰ੍ਹਾਂ ਕਰ ਸਕਦੇ ਆ ਹੋਰ ਬੜੇ ਬੜੇ ਤਰੀਕੇ ਆ ਕਿ ਕਮਿਊਨਿਟੀ ਸੇਵਾ ਕਰਨ ਦੇ ਨਹੀਂ ਇੱਕ ਹਰ ਚੀਜ਼ ਦਾ ਟਾਈਮ ਹੁੰਦਾ ਇੱਕ ਟਾਈਮ ਸੀ ਜ਼ਰੂਰ ਸੀ ਕਰਤਾ ਹੁਣ ਹੋਰ ਲੋਕੀ ਕਰਨ ਅਸੀਂ ਤਾਂ ਨਹੀਂ ਕਹ ਰਹੇ ਕਿ ਬਾਕੀ ਉਹ ਕੈਪेबल ਨਹੀਂ ਹੈਗੇ ਹੁਣ ਐਨਡੀਪੀ ਦੇ ਵਿੱਚ ਕਿਹਨੇ ਮਨਿਸਟਰ ਨੇ ਬੜਾ ਸੁਣਨਾ ਕੰਮ ਕਰਦੇ ਪਰ ਕਦੀ ਸੁਣੀ ਉਹਨਾਂ ਦੀ ਮਾੜੀ ਗੱਲ ਕੋਈ ਹੈਰਾਫਰੀ ਕਰਦਾ ਵੇਖਿਆ ਕਿਸੇ ਨੇ ਕੋਈ ਗਲਤ ਕੰਮ ਕੀਤਾ ਕਿਸੇ ਨੂੰ ਤੁਸੀਂ ਦੇਖਿਆ ਵੀ ਕਮੇਟੀ ਦੇ ਕੰਮਾਂ 'ਚ ਨਹੀਂ ਹੁੰਦੇ ਮੈ ਸਲੀਨਾ ਰੋਬਨਸਨ ਥੋੜਾ ਜਿਹਾ ਗਲਤ ਬੋਲੀ ਸੀ ਉਹਨੂੰ ਫਾਇਰ ਕਰਨਾ ਪਿਆ ਜਾਂ ਉਹਨੂੰ ਸਟੈਪ ਡਾਊਨ ਕਰਨਾ ਪਿਆ ਇਹ ਜਿਹੜੀਆਂ ਗੱਲਾਂ ਨੇ ਆ ਦੇਖੋ ਗਲਤੀ ਹਰ ਕੋਹ ਹੁੰਦੀ ਹੈ ਉਸ ਗਲਤੀ ਨੂੰ ਠੀਕ ਕਰਨ ਵਾਸਤੇ ਤਰੀਕੇ ਹੁੰਦੇ ਨੇ ਕਿ ਵਾਰੀ ਟਾਈਮ ਸ਼ਾਰਟ ਹੁੰਦਾ ਸੋ ਮੈਂ ਤੇ ਉਹਨਾਂ ਦੀ ਮੈਂ ਜਾਣਦਾ ਨਹੀਂ ਵੀ ਉਹਨਾਂ ਦੀ ਕੀ ਇੰਟਰਨਲ ਡਾਇਲੌਗ ਕੀ ਹੈਗਾ ਉਹਨਾਂ ਦਾ ਕੀ ਹੋਇਆ ਪਰ ਓਵਰ ਆਲ ਜਿਹੜਾ ਨਾ ਜਿਹੜੀ ਇਹਨਾਂ ਸਾਊਥ ਏਸ਼ੀਅਨ ਪਾਇਚਾਰੇ ਦੀ ਪ੍ਰੈਜ਼ੈਂਸ BCW ਵਿੱਚ ਬਹੁਤ ਚੰਗੀ ਹੈ ਕੈਨੇਡਾ ਵਿੱਚ ਚੰਗੀ ਹੈ ਕੰਟਰੀ ਵਧੀਆ ਪ੍ਰਧਾਨ ਮੰਤਰੀ ਸਾਡਾ ਬਹੁਤ ਵਧੀਆ ਪ੍ਰੀਮੀਅਰ ਬੀਸੀ ਦਾ ਬੜੇ ਸੋਹਣੇ ਤਰੀਕੇ ਨਾਲ ਕੰਮ ਕਰਦਾ ਪਿਆ ਆਪੋਜੀਸ਼ਨ ਵਾਲਿਆਂ ਨੇ ਆਪਣੇ ਸੋਹਣੇ ਤਰੀਕੇ ਨਾਲ ਕੰਮ ਕਰਦੇ ਉਹ ਉਹਨਾਂ ਦਾ ਰੋਲ ਏ ਯੈਸ ਦੋਨੋਂ ਪਾਰਟੀਆਂ ਉਹ ਆਪਣਾ ਰੋਲ ਕਰਨਾ ਪੈਣਾ ਪਰ ਸਾਡਾ ਫਰਜ਼ ਬੰਦਾ ਵੀ ਅਸੀਂ ਬੈਕ ਇਹਨਾ ਹੁਣ ਮੂਵੀ ਤੇ ਟ੍ਰੇਲਰ ਦੇਖੀਏ ਆਪਾਂ ਵਿਚ ਐਕਟਿੰਗ ਕਰਨ ਦੀ ਸਾਨੂੰ ਜਰੂਰਤ ਕੋਈ ਨਹੀਂ ਦੈਟਸ ਨਾਟ ਆਵਰ ਰੋਲ ਨਾਓ ਆਪਾਂ ਜੇ ਕੋਈ ਸਾਨੂੰ ਪੁੱਛਣ ਆਏਗਾ ਮੈਨੂੰ ਤੁਹਾਨੂੰ ਉਹਨਾਂ ਨੂੰ ਅਸੀਂ ਜਰੂਰ ਸਲਾਹ ਦੇ ਗਾਈਡ ਕਰਾਂਗੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਯੂ ਆਰ ਵੈਰੀ ਕਾਈਂਡ ਇਨਾਫ ਜਦੋਂ ਵੀ ਤੁਹਾਨੂੰ ਸਦੀ ਦਾ ਆ ਥੋੜਾ ਆਪਦਾ ਪਰਸਪੈਕਟਿਵ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਐਕਸਪਲੇਨ ਕਰਦੇ ਹੋ ਸਾਡੀ ਗੱਲ ਚੱਲ ਰਹੀ ਸੀ ਡਾਕਟਰ ਗੁਲਜ਼ਾਰ ਚੀਮਾਵਰਾਂ ਨਾਲ ਬੜੇ ਮੁੱਦਿਆਂ ਤੇ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਆਪਣੇ ਫੈਡਰਲ ਗਵਰਨਮੈਂਟ ਦੇ ਪ੍ਰੋਵਿੰਸ਼ੀਅਲ ਮੁੱਦੇ ਜਿਹੜੇ ਹੈਗੇ ਆ ਉਹਨਾਂ ਬਾਰੇ ਗੱਲਬਾਤ ਹੋਈ ਤਾਂ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੇ ਇਹ ਐਕਸਪਰਟ ਹੈ ਜਿਨ੍ਹਾਂ ਨੇ ਇਹ ਜ਼ਿੰਦਗੀ ਆਪ ਦੀ ਸਮਾਜ ਸੇਵਾ ਦੇ ਵਿੱਚ ਲਾਈ ਹੈ ਕਮਿਊਨਿਟੀ ਲਈ ਲਾਈ ਹੈ ਬਾਕੀ ਆਪਦੇ profession ਦੇ ਵਿੱਚ ਵੀ ਸੇਵਾ ਕਰਦੇ ਆ ਜੇ ਕਿਸੇ ਨੂੰ ਲੋੜ ਪਵੇ ਤਾਂ ਉਹ ਉੱਥੇ ਵੀ ਪੂਰੀ ਸੇਵਾ ਕਰ ਰਹੇ ਆ ਸੋ ਇਹ ਸਲਾਗਾ ਯੋਗ ਹੈ ਨਾ ਬਾਕੀ ਜਿਹੜੇ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਰਿਹਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਤਿੰਨੇ ਪਾਰਟੀਆਂ ਜਿਹੜੀਆਂ ਹੈਗੀਆਂ ਜਾਂ ਚਾਰਜ ਗ੍ਰੀਨ ਪਾਰਟੀ ਵੀ ਹੈਗੀ ਹੈ ਇਹਨਾਂ ਦੇ ਪਲੈਟਫਾਰਮ ਦੇਖੋ ਪਲੈਟਫਾਰਮ ਕੈਂਡੀਡੇਟ ਦੇਖੋ ਉਹਨਾਂ ਦਾ ਪ੍ਰੋਫਾਈਲ ਦੇਖੋ ਤੇ ਫਿਰ ਦੇਖੋ ਕਿ ਕਿਹੜਾ ਬੈਸਟ ਰੈਪਰੈਜ਼ੈਂਟ ਕਰ ਸਕਦਾ ਉਹਦੇ ਨਾਲ ਤੁਸੀਂ ਇਨਫਾਰਮਡ ਡਿਸੀਜਨ ਬਣਾਓ ਇਸੇ ਤਰ੍ਹਾਂ ਦੇਖਦੇ ਰਹੋ ਪ੍ਰੋਫੈਸਰ ਸੀ ਜੇ ਸਿੱਧੂ ਸ਼ੋ एवरी ਥਰਸਡੇ 7 ਟੂ 8:00 ਧੰਨਵਾਦ ਰੱਬ ਰੱਖਾ ਹੈਵ ਅ ਵੰਡਰਫੁਲ ਹੈਪੀ ਵੀਕਐਂਡ ਸੋਸ਼ੀਅਲ